संग नानक जस गायो जो प्रभु की अत प्यारी। सज्जन सच्चा जो प्रभु की अत प्यारी। सज्जन सच्चा पातशाह सिर साहंद साह जिस पास बैठियां सोही सबना दा विसहु। जिस पास बैठियां सोही सबना दा विसहु। जिस पास बैठिया सोही है सबना दा विसह। सतनाम श्री वाहेगुरु साहेब जीओ। दोहरा श्री सतगुर सरीत नित करत सिखन कल्याण। नाम दान दे मुक्त हित जाहर जोत जहान। श्री सतगुर सरीत नित। वाहिगुरु जी का खालसा वाहिगुरु जी की फतेह। सतगुरां दी साजी नवाजी गुरु रूप गुरु खालसा साध संगत जी। अकाल पुरख वाहिगुरु दी अपार रहमत सचे पातशाह सतगुरु ग्रंथ साहिब महाराज संध्या दे दीवाना टाइम सोदर रहरास आरती आरते जी के नितनेम उपरंत अरदास बेनती प्रवान कर पावन हुक्म। अमृत गुरबाणी जप दान बख्शिश कीते जिन्ना क टाइम साढ़े जीवां ते रहमतां करदे है। बख्शिश कीती लड़ीवार गुर इतिहास दी पावन विचार करता कवि संतोख सिंह चूड़ामण जी जिन्ना ने बड़ी सुंदर सचे पातशाह जी दी पावन कथा छंदाबंदी और बड़े सुंदर तरीके ना लिखत कीती है। गुरमुख कोट उधार दा भाई ते जो अमृत गुरबाणी दा महावाक है तिन की बरकत खाहे असंख करोड़ी। ये गुरमुख प्यारियां दी भाओ भगती दी घालना थाएं पैंदी है। उन्हां दियां बरकतां दा आनंद असंख ही करोड़ ही विश्व दे विच मान रहे हैं। वो पावन गुर इतिहास जो सतगुरां दी वडियाई आपां विचार कीती है। जिस तरह धन सतगुरु अमरदास सच्चे पातशाह जी गोइंदवाल साहिब संगत नूं भाओ भगती गुरसिखी गुरमत गुरसिखी दी मान मर्यादा दृढ़ करवा रहे है। हर रास मेरी मन वणजारा हर रास मेरी मन वणजारा। सतगुर ते रास जानी हर हर नित जपिहो जीअहो लाहा खटिहो दिहाड़ी। एहो तन तिना मिलिया जिन हर आपे भाणा। कह नानक हर रास मेरी मन हुआ वणजारा।
ਜਿਨ੍ਹਾਂ ਨੇ ਆਪਣੇ ਮਨ ਨੂੰ ਵਣਜਾਰਾ ਕਰ ਲਿਆ। ਵਣਜ ਕਰੋ ਵਣਜਾਰੇ ਹੋ ਵੱਖਰ ਲਿਹੋ ਸੰਭਾਲ, ਤੈਸੀ ਵਸ਼ਤ ਵਸਾਹੀ ਹੈ ਜੈਸੀ ਨਿਭਹਿ ਨਾਲ। ਉਹ ਨਾਲ ਨਿਭਣ ਵਾਲੀ ਵਸਤੂ, ਈਹਾਂ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ, ਐਸੀ ਨਾਮ ਵਸਤੂ ਜੋ ਸਤਿਗੁਰੂ ਅਮਰਦਾਸ ਮਹਾਰਾਜ ਜਗਤ ਜਲੰਦੇ ਨੂੰ ਤਾਰ ਦੇ ਉਵਾਰ ਦੇ ਬਖਸ਼ਿਸ਼ਾਂ ਬਖਸ਼ ਰਹੇ ਹੈ। ਜਿਨ੍ਹਾਂ ਨੇ ਸਤਿਗੁਰਾਂ ਦੀ ਗੁਰਮਤਿ ਦ੍ਰਿੜ ਕਰਦਿਆਂ ਹਰ ਰਾਸ ਵਾਹਿਗੁਰੂ ਨਾਮ ਨੂੰ ਪੂੰਜੀ ਬਣਾ ਲਿਆ, ਮਨ ਨੂੰ ਵਣਜ ਕਰਨ ਵਾਲਾ ਵਣਜਾਰਾ ਕਰ ਲਿਆ, ਅਤੇ ਸਤਿਗੁਰ ਤੇ ਰਾਸ ਜਾਣੀ। ਰਾਸ ਸਹੀ ਸਲਾਮਤ ਉਹ ਸਤਿਗੁਰਾਂ ਤੋਂ ਜਾਣੀ ਹੈ ਵੀ ਰਾਸ ਕਿਹੜੀ ਹੈ ਭਾਈ, ਪੂੰਜੀ ਕਿਹੜੀ ਹੈ ਜੀਵਨ ਦੇ ਵਿੱਚ। ਜਿਨ੍ਹਾਂ ਨੂੰ ਇਸ ਰਾਸ ਦਾ ਗਿਆਨ ਹੋ ਗਿਆ, ਪੂੰਜੀ ਦਾ ਗਿਆਨ ਹੋ ਗਿਆ, ਵਾਹਿਗੁਰੂ ਨੇ ਸਵਾਸਾਂ ਰੂਪ ਪੂੰਜੀ ਬਖਸ਼ਿਸ਼ ਕੀਤੀ ਹੈ, ਉਹਨਾਂ ਨੇ ਇੱਕ ਦਿਹਾੜੀ ਵੀ ਅਜਾਈ ਨਹੀਂ ਜਾਣ ਦਿੱਤੀ। ਹਰ ਹਰ ਨਿਤ ਜਪਿਓ ਜੀ ਉਹ ਉਹ ਦਿਹਾੜੀ ਕੀ ਕਰਦੇ ਹੈ, ਉਠਤ ਬੈਠਤ ਸੋਵਤ ਨਾਮ, ਕਹ ਨਾਨਕ ਜਨ ਕੈ ਸਦ ਕਾਮ। ਹਰ ਹਰ ਨਿਤ ਜਪਿਓ ਜੀ ਉਹ ਜੀ ਉਹ ਜੀ ਉਹ ਹਿਰਦੇ ਤੋਂ ਦਿਲੋਂ ਹਰ ਹਰ ਨਿਤ ਜਪਿਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਲਾਹਾ ਖੱਟਿਓ ਦਿਹਾੜੀ, ਅੱਜ ਦੀ ਦਿਹਾੜੀ ਮਿਲੀ ਹੈ ਉਹ ਦਿਹਾੜੀ ਦਾ ਲਾਹਾ ਖੱਟਦੇ ਹੈ, ਕਿਉਂਕਿ ਉਹਨਾਂ ਨੂੰ ਗੁਰੂ ਨੇ ਪੂੰਜੀ ਜਣਾ ਦਿੱਤੀ। ਭਾਈ ਇਹ ਪੂੰਜੀ ਜਾਈ ਨਾ ਜਾਣ ਦਿਓ, ਇਹ ਮੁੜ ਮੁੜ ਨਹੀਂ ਮਿਲਣੀ, ਇਹਦਾ ਕੋਈ ਮੁੱਲ ਨਹੀਂ ਹੈ, ਗਿਣਤੀ ਦੀ ਹੈ, ਬੜੀ ਕੀਮਤੀ ਹੈ। ਇਹਦੀ ਸਫਲਤਾ ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀ ਉਹ, ਲਾਹਾ ਖੱਟਿਓ ਦਿਹਾੜੀ ਇਹੋ ਧਨ ਤਿਨ੍ਹਾਂ ਮਿਲਿਆ, ਜਿਨ ਹਰ ਆਪੇ ਭਾਣਾ। ਇਹ ਧਨ ਮਿਲਦਾ ਕਿਨ੍ਹਾਂ ਨੂੰ ਹੈ, ਜਿਨ ਹਰ ਆਪੇ ਭਾਣਾ, ਜਿਹੜੇ ਆਪਣੇ ਹਰ ਵਾਹਿਗੁਰੂ ਨੂੰ ਭਾਣਾ ਪਾ ਗਏ, ਜਿਹੜੇ ਵਾਹਿਗੁਰੂ ਦੇ ਭਾਣੇ ਵਿੱਚ ਆ ਗਏ। ਵਾਹਿਗੁਰੂ ਨੂੰ ਕੌਣ ਪਾਉਂਦਾ ਹੈ, ਜਿਨ੍ਹਾਂ 'ਤੇ ਸਤਿਗੁਰੂ ਦੀ ਰਹਿਮਤ ਹੁੰਦੀ ਹੈ, ਜਿਹੜੇ ਸਤਿਗੁਰਾਂ ਦੇ ਹਜ਼ੂਰ ਆਉਂਦੇ ਹੈ, ਉਹਨਾਂ ਨੂੰ ਗਿਆਨ ਹੋ ਜਾਂਦਾ ਹਰ ਰਾਸ ਮੇਰੀ ਮਨ ਵਣਜਾਰਾ, ਵਾਹਿਗੁਰੂ ਨਾਮ ਮੇਰੀ ਰਾਸ ਪੂੰਜੀ ਹੈ। ਉਸ ਪੂੰਜੀ ਨੂੰ ਇਕੱਠੀ ਕਰਨ ਵਾਲਾ ਵਣਜਾਰਾ ਹੈ ਭਾਈ ਮਨ, ਉਹ ਮਨ ਨੂੰ ਵਣਜਾਰਾ ਕਰਕੇ ਫਿਰ ਵਾਹਿਗੁਰੂ 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 ਦਿਹਾੜੀਆਂ ਦਾ ਲਾਹਾ ਖੱਟਦੇ ਹੈ, ਆਪਣੇ ਅਨਮੋਲ ਮਨੁੱਖਾ ਜਨਮ ਨੂੰ ਖੱਟ ਜਾਂਦੇ ਹੈ। ਐਸੀ ਮਾਨ ਮਰਿਆਦਾ ਬਖਸ਼ਣ ਦੇ ਦਾਤੇ ਸਤਿਗੁਰੂ ਅਮਰਦਾਸ ਮਹਾਰਾਜ ਗੋਬਿੰਦਵਾਲ ਸਾਹਿਬ ਦੀ ਧਰਤੀ 'ਤੇ ਐਸਾ ਅੰਮ੍ਰਿਤ ਨਾਮ ਦਾਨ ਬਖਸ਼ ਰਹੇ ਹੈ, ਜਿਨ੍ਹਾਂ ਨੂੰ ਪ੍ਰਾਪਤ ਕਰਕੇ ਰੂਹਾਂ ਸਰਸਾਰ ਹੋ ਰਹੀ ਹੈ। ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਜਿਸ ਤਰ੍ਹਾਂ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਲਾਹੌਰ ਗਏ, ਲਾਹੌਰ ਵਿੱਚ ਗੁਰਮਤਿ ਗੁਰਸਿੱਖੀ ਦਾ ਬੋਲਬਾਲਾ ਕਾਇਮ ਕੀਤਾ, ਬਾਦਸ਼ਾਹ ਅਕਬਰ ਦੀ ਸਭਾ ਦੇ ਵਿੱਚ ਗੁਰੂ ਘਰ ਦੇ ਵਿਰੋਧੀਆਂ ਨਿੰਦਕਾਂ ਹੰਕਾਰੀਆਂ ਵਕਾਰੀਆਂ ਨੂੰ ਜਿਵੇਂ ਉਹ ਸਭਾ ਦੇ ਵਿੱਚ ਸ਼ਰਮਸਾਰ ਕੀਤਾ। ਉਸ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਚਾਲੇ ਪਾ ਲਾਹੌਰ ਤੋਂ ਗੋਬਿੰਦਵਾਲ ਸਾਹਿਬ ਨੂੰ ਆਏ। ਰਸਤੇ ਵਿੱਚ ਭਾਵਨਾ ਦੁਆਰਾ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੂੰ ਸੁੰਦਰ ਵਸਤਰ ਪਹਿਨਾਉਣਾ ਕੀਤੇ, ਕਿਉਂਕਿ ਭਾਵਨਾ ਹੀ ਹੈ,
ਵੀ ਗੁਰੂ ਕੇ ਸਿੱਖ ਦੀ ਸੋਚ ਹਰ ਟਾਈਮ ਗੁਰੂ ਘਰ ਪ੍ਰਤੀ ਹੋਵੇ। ਕਿਤੇ ਵੀ ਹੈ ਗੁਰੂ ਕਾ ਸਿੱਖ, ਇੰਨੀ ਵਡਿਆਈ ਕਿਵੇਂ ਪ੍ਰਾਪਤ ਹੋਈ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ, ਕਿਸੇ ਵੀ ਕਾਰਜ ਵਿੱਚ ਗਏ, ਕਿਤੇ ਵੀ ਗਏ, ਉਹਨਾਂ ਦੀ ਸੋਚ ਸਤਿਗੁਰੂ ਜੀ ਦੇ ਦਰ 'ਤੇ ਰਹੀ, ਭਾਵਨਾ ਗੁਰੂ ਦਰ 'ਤੇ ਰਹੀ, ਸੁੰਦਰ ਚੀਜ਼ ਵੇਖੀ, ਇਹ ਸਤਿਗੁਰਾਂ ਵਾਸਤੇ ਚਾਹੀਦੀ ਹੈ। ਸਵਾਰਥ ਤਜ ਦਿੱਤਾ ਇਸ ਵਾਸਤੇ ਜੋ ਗੁਰਮਤਿ ਦੀ ਮਰਿਆਦਾ ਹੈ, ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਨ ਕਰਦੇ ਹੈ ਕਿ ਭਾਈ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਆਂ ਹੋ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮਾ ਸੰਭਾਲੇ, ਆਪ ਛੱਡ ਸਦਾ ਰਹੇ ਪਰਨੇ, ਗੁਰਬਿਨ ਅਵਰ ਨਾ ਜਾਣੇ ਕੋਏ, ਆਪ ਛੱਡ ਆਪਣਾ ਆਪਾ ਤਿਆਗ ਦਿੱਤਾ, ਹਮੇਸ਼ਾ ਗੁਰੂ ਦੇ ਪਰਨੇ ਆਸਰੇ। ਪਾਤਸ਼ਾਹ ਕਹਿੰਦੇ ਭਾਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਉਹ ਸਨਮੁਖੀਆ ਸਿੱਖ ਹੁੰਦਾ ਭਾਈ, ਕਿਤੇ ਵੀ ਹੋਵੇ ਉਹ ਸਨਮੁਖ ਹੈ। ਐਸੇ ਸਨਮੁਖ ਸਨ ਸਾਹਿਬ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ। ਫਿਰ ਉਹ ਸਨਮੁਖਤਾ ਵਿੱਚੋਂ ਜਿਹੜੀਆਂ ਵਡਿਆਈਆਂ ਮਿਲੀਆਂ, ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਜਿਸ ਤਰ੍ਹਾਂ ਅੰਬ ਖਰੀਦਿਆ, ਉਹ ਰਾਸ਼ਤੇ ਭੈਰੋਵਾਲ ਆ ਕੇ ਹੱਥਾਂ ਦੀ ਗਰਮੈਸ ਨਾਲ ਫਟ ਗਿਆ। ਫਿਰ ਉਹ ਅਰਦਾਸ ਬੇਨਤੀ ਕਰ ਦਿੱਤੀ, ਪਾਤਸ਼ਾਹ ਹੁਣ ਰਹਿਮਤ ਕਰੋ ਮਹਾਰਾਜ, ਛੱਕ ਲਓ। ਇੱਦਾਂ ਭਾਵਨਾ ਦੇ ਨਾਲ ਹੀ ਛਕਾ ਦਿੱਤਾ, ਛੱਕ ਆਪ ਹੀ ਲਿਆ। ਪਰ ਭਾਵਨਾ ਇੰਨੀ ਪ੍ਰਬਲ ਸੀ, ਮਾਨੋ ਵੀ ਸੱਚੇ ਪਾਤਸ਼ਾਹ ਜੀ ਨੇ ਉਹ ਭਾਵਨਾ ਨੂੰ ਫਲ ਬਖਸ਼ਿਆ। ਕਹਿਣ ਲੱਗੇ ਆਹ ਦੇਖ ਭਾਈ, ਪ੍ਰਤੱਖ ਸਬੂਤ ਦੇ ਦਿੱਤਾ ਪ੍ਰੇਮ ਦਾ। ਆਹ ਦੇਖ ਪ੍ਰੇਮੀਆਂ, ਜੇ ਤੂੰ ਪ੍ਰੇਮ ਕੀਤਾ, ਗੋਬਿੰਦ ਭਾਓ ਭਗਤ ਦਾ ਭੁੱਖਾ, ਰਸਾਂ ਦਾ ਭੁੱਖਾ ਨਹੀਂ ਗੋਬਿੰਦ, ਗੋਬਿੰਦ ਤਾਂ ਪ੍ਰੇਮ ਦਾ ਭੁੱਖ ਹੈ। ਉਹ ਪ੍ਰੇਮ ਸਾਹਿਬ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਰਨਾ ਸਿੱਖ ਜਗਤ ਨੂੰ ਸਿਖਾਇਆ। ਜੋ ਰੋਹ ਰੀਤੀ ਅੱਜ ਤਾਈਂ ਬਰਕਰਾਰ ਹੈ, ਕੜਾਹ ਪ੍ਰਸਾਦ ਦੀਆਂ ਦੇਗਾਂ ਭਾਵਨਾ ਨਾਲ ਗੁਰਮੁਖ ਤਿਆਰ ਕਰਕੇ ਭੋਗ ਲਗਾਉਂਦੇ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ, ਅਤੇ ਸੱਚੇ ਪਾਤਸ਼ਾਹ ਜੀ ਭਾਈ ਹਰ ਇੱਕ ਦੀ ਭਾਵਨਾ ਪੂਰੀ ਕਰਦੇ ਹੈ। ਉਹ ਸਿੱਖੀ ਦਾ ਮਾਰਗ ਹੈ ਜੋ ਦ੍ਰਿੜ ਕਰਾਇਆ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ। ਅਤੇ ਅੱਗੇ ਜਿਸ ਤਰ੍ਹਾਂ ਪ੍ਰਸੰਗ ਆ ਰਹੇ ਹੈ, ਸੱਚੇ ਪਾਤਸ਼ਾਹ ਜੀ ਤੀਰਥ ਉੱਦਮ ਸਤਿਗੁਰ ਕੀਆ ਸਭ ਲੋਕ ਉਧਰਨ ਅਰਥਾ, ਦੁਨੀਆਂ ਨੂੰ ਤਾਰਨ ਵਾਸਤੇ ਜਿਹੜੇ ਲੋਕ ਤੀਰਥਾਂ ਦਾ ਇਸ਼ਨਾਨ ਹੀ ਮੇਨ ਮੰਨੀ ਬੈਠੇ ਸੀ, ਬਹੁਰ ਕਮਾਵੇ ਹੋਏ ਨਿਸੰਕ, ਇਸ ਵਾਸਤੇ ਜੰਪੁਰ ਬਾਂਧ ਖਰੇ ਕਾਲੰਕ, ਜਿਨ੍ਹਾਂ ਦੀ ਮਰਿਆਦਾ ਸੀ ਪਾਪ ਕੀਤੇ ਕਰਨ ਤੋਂ ਬਾਅਦ ਚੁੱਭੀ ਮਾਰੀ ਗੰਗਾ ਦੀ, ਚੁੱਭੀ ਮਾਰੀ ਯਮੁਨਾ ਦੀ, ਚੁੱਭੀ ਮਾਰੀ ਸ੍ਰਿਸ਼ਟੀ 'ਚ, ਅਤੇ ਉੱਥੇ ਮਨ 'ਚ ਫੁਰਨਾ ਕੀਤਾ ਵੀ ਸਾਡੇ ਸਾਰੇ ਕੀਤੇ ਪਾਪ ਉਤਰ ਗਏ। ਇਸ ਵਾਸਤੇ ਪਾਪ ਕਮਾਉਣ ਤੋਂ ਬਾਅਦ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਮਨ ਦੀ ਭਾਵਨਾ ਹੋਣੀ ਵੀ ਹੁਣ ਪਾਪ ਉਤਰ ਗਏ। ਇਹ ਭਾਵਨਾ ਰੱਖ ਕੇ ਜਿਹੜੇ ਚੱਲਦੇ ਸੀ ਉਹਨਾਂ ਦਾ ਮਹਾਰਾਜ ਪਖੰਡ ਦੂਰ ਕਰਨ ਵਾਸਤੇ, ਔਰ ਤੀਰਥਾਂ ਦੀ ਮਰਿਆਦਾ ਵੀ ਹੁੰਦੀ ਹੈ ਉਹ ਵੀ ਮਹਾਰਾਜ ਦ੍ਰਿੜ ਕਰਾਉਣ ਵਾਸਤੇ, ਅਤੇ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਸਤਿਗੁਰੂ ਜੀ ਚੱਲੇ ਹੈ ਅਤੇ ਜਾਣਗੇ। ਜਿਵੇਂ ਉਹ ਪ੍ਰਸੰਗ ਆ ਰਹੇ ਆ, ਆਪਾਂ ਮਨ ਵਿਰਤੀਆਂ ਇਕਾਗਰ ਕਰੀਏ ਜੀ। ਦੋਹਰਾ ਸ੍ਰੀ ਸਤਿਗੁਰ ਨਿਤ, ਧੰਨ ਧੰਨ ਸਤਿਗੁਰੂ ਅਮਰਦਾਸ ਮਹਾਰਾਜ ਇਸ ਮਰਿਆਦਾ ਦੇ ਨਾਲ ਨਿਤਾ ਪ੍ਰਤੀ ਸਿੱਖਾਂ ਕਲਿਆਣ, ਆਪਣੇ ਭਾਓ ਭਗਤੀ ਵਾਲੇ ਗੁਰਮੁਖਾਂ ਗੁਰਸਿੱਖਾਂ ਦੀ ਕਲਿਆਣ ਕਰ ਰਹੇ ਹੈ। ਨਾਮ ਦਾਨ ਦੇ ਮੁਕਤ ਹਿਤ, ਨਾਮ ਦਾਨ ਦੇ ਵਾਹਿਗੁਰੂ ਨਾਮ ਅਤੇ ਦਾਨ, ਨਾਮ ਦਾਨ ਸਭ ਤੋਂ ਵੱਡਾ ਦਾਨ ਹੈ। ਇਸੇ ਵਾਸਤੇ ਸਿੱਖ ਜਗਤ ਆਖਦਾ ਦਾਨਾ ਸਿਰਦਾਨ ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਇਹ ਦਾਨਾਂ ਦਾ ਸ਼੍ਰੋਮਣੀ ਦਾਨ ਹੈ। ਇਸੇ ਵਾਸਤੇ ਸਤਿਗੁਰੂ ਜੀ ਕਹਿੰਦੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ। ਇਹ ਦਾਨ ਪੂਰੇ ਗੁਰੂ ਨੇ ਕੀਤਾ ਹੋਇਆ,
ਗੁਰੂ ਰਾਮਦਾਸ ਜੀ ਦਾ ਪੂਰਾ ਦਾਨ ਹੈ, ਸੱਚਖੰਡ ਹਰਿਮੰਦਰ ਸਾਹਿਬ ਜੀ ਅੰਮ੍ਰਿਤ ਸਰੋਵਰ ਦਾ ਇਸ਼ਨਾਨ, ਹਰਿਮੰਦਰ ਸਾਹਿਬ ਅੰਦਰ ਭਾਉ ਭਗਤੀ ਕੀਰਤਨ ਬੰਦਗੀ ਵਾਹਿਗੁਰੂ ਦਾ ਜਾਪ, ਇਹ ਗੁਰੂ ਦਾ ਦਾਨ ਹੈ ਭਾਈ। ਦਾਨਾਂ ਦਾ ਸ਼੍ਰੋਮਣੀ ਦਾਨ ਹੈ, ਜਿੱਥੇ ਸਿੱਖ ਨੇ ਭਾਵੇਂ ਕਿਤੇ ਵੀ ਹੈ ਪੰਜਾਂ ਤਖਤਾਂ ਤੋਂ ਸੱਚਖੰਡ ਹਰਿਮੰਦਰ ਸਾਹਿਬ ਦੇ ਸਨਮੁਖ ਸ਼੍ਰੀ ਅਕਾਲ ਤਖਤ ਸਾਹਿਬ ਹੈ, ਉੱਥੇ ਵੀ ਗੁਰੂ ਕੇ ਸਿੱਖ ਹੱਥ ਜੋੜ ਕੇ ਅਰਦਾਸ ਕਰੀ ਜਾਂਦੇ ਆ, ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਅਜਾਨ ਬਾਹੋ ਬੰਦੀ ਛੋੜ ਗਰੀਬਨ ਵਾਸ, ਸਤਿਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ, ਦਾਨਾ ਸਿਰਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਇਹ ਦਾਨ ਬਖਸ਼ੋ। ਉੱਥੇ ਵੀ ਮੰਗਦੇ ਆ ਹਰਿਮੰਦਰ ਸਾਹਿਬ ਦੇ ਸਨਮੁਖ ਖੜ੍ਹੇ ਗੁਰੂ ਕੇ ਸਿੱਖ, ਹਜ਼ੂਰ ਸਾਹਿਬ ਖੜ੍ਹਾ ਗੁਰੂ ਕਾ ਸਿੱਖ, ਇੱਥੋਂ ਦਾ ਇਸ਼ਨਾਨ ਦਾਨ ਮੰਗਦਾ। ਇਸ ਵਾਸਤੇ ਦਮਦਮ ਸਾਹਿਬ ਗੁਰੂ ਕਾਂਸੀ ਟਿੱਬਿਆਂ ਮਾਲਵੇ ਦੇ ਵਿੱਚ ਪਛੜਿਆ ਇਲਾਕਾ ਜਿਹਨੂੰ ਕਹਿ ਦਿੰਦੇ ਹਾਂ, ਉੱਥੇ ਖੜ੍ਹਾ ਗੁਰੂ ਕਾ ਸਿੱਖ ਤਖਤ ਸਾਹਿਬ 'ਤੇ ਇਹ ਦਾਨ ਮੰਗਦਾ। ਸੱਚਖੰਡ ਕੇਸਗੜ੍ਹ ਸਾਹਿਬ ਦੇ ਵਿੱਚ ਖੜ੍ਹਾ ਗੁਰੂ ਕਾ ਸਿੱਖ ਇਹ ਦਾਨ ਮੰਗਦਾ, ਅਤੇ ਪਟਨਾ ਸਾਹਿਬ ਬਿਹਾਰ ਦੇ ਵਿੱਚ ਪੂਰਬੀ ਸਿੱਖ ਉੱਥੇ ਖੜ੍ਹੇ ਵੀ ਇਹੀ ਦਾਨ ਮੰਗਦੇ ਹੈ। ਅਰ ਦੇਸਾਂ ਵਿਦੇਸਾਂ ਵਿੱਚ ਜਿੱਥੇ ਨਾਨਕ ਨੇ ਨਾਮ ਲੇਵਾ ਝੰਡੇ ਝੂਲਦੇ ਹੈ, ਉੱਥੇ ਜਿੱਥੇ ਜਿੱਥੇ ਗੁਰੂ ਦੀ ਸਿੱਖੀ ਹੈ ਉੱਥੇ ਇਹ ਦਾਨ ਮੰਗਦੇ ਹੈ। ਮਹਾਰਾਜ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੇ ਇਸ਼ਨਾਨ। ਪਰ ਹੁਣ ਪੰਜਾਬ ਦੇ ਸਿੱਖਾਂ ਨੂੰ ਇਹ ਸ਼ੰਕਾ ਜਿਹਾ ਹੋਣ ਲੱਗ ਗਿਆ, ਜਿਹੜੇ ਹੁਣ ਜਿਹਨੂੰ ਜਾਗ ਜੀ ਆ ਗਈ ਨਾ, ਕਹਿੰਦੇ ਅਸੀਂ ਜਗਰੂਕ ਹੋ ਗਏ ਹਾਂ ਥੋੜ੍ਹੇ ਜਿਹੇ ਵੱਧ, ਉਹ ਜਗਰਾਤਾ ਉਹਨਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਹੀ ਹੋ ਗਿਆ, ਉਹ ਸੱਚਖੰਡ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਉਹ 'ਤੇ ਕਿੰਤੂ ਕਰਦੇ ਹੈ, ਜ਼ਿਆਦਾ ਜਾਗ ਪਏ ਥੋੜ੍ਹੇ ਜਿਹੇ ਇਸ ਵਾਸਤੇ। ਪਰ ਜਿਹੜੇ ਗੁਰੂ ਕੇ ਸਿੱਖ ਭਾਵਨਾ ਵਾਲੇ ਆ ਭਾਈ, ਉਹ ਤਾਂ ਆਲ ਵਰਲਡ ਵਿੱਚ ਕਿਤੇ ਵੀ ਹੈ ਇੱਥੋਂ ਦਾ ਦਰਸ਼ਨ ਦਾਨ ਇਸ਼ਨਾਨ ਮੰਗਦੇ ਹੈ। ਐਸਾ ਦਾਨ ਇਸ਼ਨਾਨ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ ਰਹੇ ਹਨ, ਤੇ ਯਾਹਰ ਪੀਰ ਜਗਤ ਗੁਰ ਬਾਬਾ, ਯਾਹਰ ਪੀਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਗਤ ਗੁਰ ਬਾਬਾ ਹੋਏ ਹੈ। ਉਹਨ ਜੋਤ ਉਹਾ ਜੁਗਤ ਸਾਏ ਸਹਿਕਾਇਆ ਫਿਰ ਪਲਟੀਏ, ਉਹਾ ਜੋਤ ਗੁਰੂ ਨਾਨਕ ਪਾਤਸ਼ਾਹ ਜੀ ਸਤਿਗੁਰੂ ਅਮਰਦਾਸ ਪਾਤਸ਼ਾਹ। ਇਸ ਵਾਸਤੇ ਯਾਹਰ ਜੋਤ ਜਹਾਨ, ਜਿਹੜੀ ਯਾਹਰ ਕਹੀਏ ਪ੍ਰਗਟ ਹੀ ਜਹਾਨ ਜੋਤ ਹੈ, ਜਹਾਨ ਵਿੱਚ ਪ੍ਰਗਟ ਜੋਤ ਹੈ ਪਰਮੇਸ਼ਵਰੀ। ਦਰਸ਼ਨ ਦਰਸ਼ਨ ਪੁਰਬ ਅਭੀਚ ਪੁੰਨ, ਹਾਂਜੀ ਦਰਸ਼ਨ ਪੁਰਬ ਅਭੀਚ ਪੁੰਨ ਰੂਪ ਤੀਰਥ ਗੁਰੂ, ਪੁੰਨ ਰੂਪ ਤੀਰਥ ਗੁਰੂ, ਪਵਿੱਤਰ ਰੂਪ ਸਤਿਗੁਰੂ ਜੀ ਹੈ ਭਾਈ। ਪੁੰਨ ਰੂਪ ਅਭੀਚ ਹੁੰਦਾ ਅਭਜਿਤ ਨਛੱਤਰ ਦੇ ਵਿੱਚ, 27 ਨਛੱਤਰ ਹੈ ਉਹਨਾਂ ਵਿੱਚ ਇੱਕ ਅਭਜਿਤ ਪੁਰਬ ਹੈ, ਉਹ ਪੁਰਬ ਦੇ ਵਿੱਚ ਇਸ਼ਨਾਨ ਕਰਨ ਨੂੰ ਅਭੀਚ ਇਸ਼ਨਾਨ ਆਖਦਾ, ਅਭੀਚ ਦਾ ਇਸ਼ਨਾਨ ਨਹਾਵਣ ਪੁਰਬ ਅਭੀਚ ਉਸ ਨੂੰ ਆਖਿਆ ਜਾਂਦਾ, ਪਵਿੱਤਰ ਮੰਨਿਆ ਹੈ। ਦਰਸ਼ਨ ਪੁਰਬ ਅਭੀਚ ਪੁੰਨ ਰੂਪ ਤੀਰਥ ਗੁਰੂ, ਪੁੰਨ ਰੂਪ ਪਵਿੱਤਰ ਪਵਿੱਤਰ ਰੂਪ ਗੁਰੂ ਪਾਤਸ਼ਾਹ ਜੀ ਆਪ ਹੀ ਤੀਰਥ ਹੈ। ਪੁੰਨ ਰੂਪ ਪਵਿੱਤਰ ਰੂਪ ਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਥੱਲੇ ਹੋ ਗੁਰਮੁਖ, ਪਵਿੱਤਰ ਰੂਪ ਸੱਚੇ ਪਾਤਸ਼ਾਹ ਜੀ ਆਪ ਹੀ ਤੀਰਥ ਹੈ। ਮਿਟ ਹੈ ਜਨਮ ਅਰਮੀਚ, ਮਿਟ ਹੈ ਮਿਟ ਜਾਂਦਾ ਜਨਮ ਅਰਮੀਚ, ਜਨਮ ਅਤੇ ਮੀਚ ਕਹੀਏ ਮੌਤ, ਉਹਨੂੰ ਜਨਮ ਅਤੇ ਮੌਤ ਦੋਵੇਂ ਦੁੱਖ ਨਹੀਂ ਦਿੰਦੇ। ਜੇ ਪ੍ਰੇਮੀ ਭਗਤ, ਜਿਹੜੇ ਪ੍ਰੇਮੀ ਭਗਤ ਐਸੇ ਅਭੀਚ ਪੁਰਬ ਰੂਪ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨਾਂ ਰੂਪੀ ਇਸ਼ਨਾਨ ਨੂੰ ਮਜਹਿ ਕਰਦੇ ਆ ਨਾ, ਜਿਹੜੇ ਗੁਰਮੁਖ ਕਰਦੇ ਆ ਭਾਈ, ਉਹਨਾਂ ਦਾ ਜਨਮ ਮਰਨ ਮਿਟ ਜਾਂਦਾ ਹੈ ਭਾਈ। ਨਿਰਮਲ ਗਿਆਨ ਜਾਹੇ ਬਰਬਾਰੇ, ਹੁਣ ਕੋਈ ਸ਼ੰਕਾਵਾਦੀ, ਕਿਉਂਕਿ ਸ਼ੰਕਾਵਾਦੀ ਤਾਂ ਕਹਿੰਦੇ ਇਹ ਕੂੜ ਦੀ ਕਿਤਾਬ ਹੈ, ਕੂੜ ਦਾ ਪਲੰਦ ਹੈ, ਉਹ ਤਾਂ ਐਡੇ ਮਹਾਂਪੁਰਖ ਕਵੀ ਸੰਤੋਖ ਸਿੰਘ ਜੀ ਨੂੰ ਕਹਿੰਦੇ ਸੰਤੋਖਾ, ਐਦਾਂ ਕਹਿੰਦੇ ਹੈ। ਐਸਾ ਗੁਰੂ ਕਾ ਸਿੱਖ ਜਿਹਨੇ ਸੰਕਾ ਹੀ ਨਹੀਂ ਰਹਿਣ ਦਿੱਤਾ ਕੋਈ। ਇੱਕ ਨਾ ਮਰਿਆਦਾ ਹੁੰਦੀ ਹੈ, ਜਿਹੜਾ ਸਿਆਣਾ ਪੁਰਖ ਹੁੰਦਾ ਨਾ, ਸਿਆਣਾ ਪੁਰਖ ਸੁਲਝਿਆ ਇਨਸਾਨ ਦੈਵੀ ਗੁਣਾਂ ਨਾਲ ਸੰਪੰਨ,
ਉਹ ਕਿਸੇ ਵੱਲ ਉਂਗਲ ਕਰਨ ਤੋਂ ਪਹਿਲਾਂ ਵਿਚਾਰ ਕਰਦਾ ਵੀ ਮੈਂ ਉਂਗਲ ਜੇ ਕਿਸੇ ਵੱਲ ਕੀਤੀ ਹੈ ਕਿ ਉਹ ਪਹਿਲਾਂ ਬਹੁਤ ਵਿਚਾਰ ਕੇ ਸੋਚ ਕੇ ਫਿਰ ਗੱਲ ਕਰਦੇ ਆ ਸਿਆਣੇ ਮਨੁੱਖ। ਅਜੱਡ ਕਿਸਮ ਦੇ ਲੋਕਾਂ ਦੀ ਮਰਿਆਦਾ ਹੁੰਦੀ ਆ ਵੀ ਜੋ ਮੂੰਹ ਆਇਆ ਬਕੀ ਜਾਣਾ। ਕਵੀ ਗਿਆਨੀ ਗਿਆਨ ਸਿੰਘ ਜੀ ਨੇ ਗਿਆਨੀ ਰਤਨ ਸਿੰਘ ਭੰਗੂ ਜੀ ਉਹਦੇ ਬਾਰੇ ਲਿਖਿਆ, ਕਹਿਣ ਲੱਗੇ ਭਾਈ ਜੱਟ ਬੂਟ ਸੀ, ਕਾਵਿ ਰਚਨਾ ਦੀ ਬਹੁਤੀ ਸੋਝੀ ਨਹੀਂ ਸੀ, ਜਿਸ ਕਰਕੇ ਉਹਨਾਂ ਨੇ ਕਈ ਗੱਲਾਂ ਐਸੀਆਂ ਲਿਖੀਆਂ ਜਿਹੜੀਆਂ ਕਿ ਉਹ ਇੱਕ ਵਿਦਵਤਾ ਦੇ ਵਿਦਵਾਨ ਦੇ ਮਰਿਆਦਾ ਨਹੀਂ ਉਹ ਬਚਨ ਆਖਣੇ, ਜਿਸ ਕਰਕੇ ਉਹਨਾਂ ਨੇ ਉਸ ਚੀਜ਼ 'ਤੇ ਥੋੜ੍ਹਾ ਜਿਹਾ ਕਿੰਤੂ ਵੀ ਕੀਤਾ ਅਤੇ ਨਾਲ ਕਹਿਣ ਲੱਗੇ ਮੈਂ ਗਿਆਨੀ ਗਿਆਨ ਸਿੰਘ ਜੀ ਨੂੰ ਨਮਸਕਾਰ ਕਰਦਾ, ਨਵੀਨ ਪੰਥ ਪ੍ਰਾਚੀ ਪੰਥ ਪ੍ਰਕਾਸ਼ ਲਿਖਣ ਵੇਲੇ ਉਹਨੇ ਸਭ ਤੋਂ ਪਹਿਲਾਂ ਜਿੱਥੇ ਦਸੇ ਪਾਤਸ਼ਾਹੀਆਂ ਦੇ ਮੰਗਲ ਕੀਤੇ, ਕਾਵਿ ਸੰਕੇਤ ਮਰਿਆਦਾ ਦੇ ਮੰਗਲ ਕੀਤੇ, ਉੱਥੇ ਉਸ ਕਵੀ ਨੇ ਧੰਨ 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 ਰਤਨ ਸਿੰਘ ਜੀ ਭੰਗੂ ਨੂੰ ਨਮਸਕਾਰ ਕੀਤੀ। ਕਹਿੰਦੇ ਇਹ ਗ੍ਰੰਥ ਮੈਂ ਕਵੀ ਰਤਨ ਸਿੰਘ ਭੰਗੂ ਨੂੰ ਨਮਸਕਾਰ ਕਰਕੇ ਫਿਰ ਲਿਖ ਰਹੇ ਹਾਂ, ਕਿਉਂਕਿ ਉਸ ਨੇ ਜਹਿ ਕਹਿ ਜਿੱਥੋਂ ਕਿੱਥੋਂ ਸਾਖੀਆਂ ਇਕੱਠੀਆਂ ਕੀਤੀਆਂ, ਫਿਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖੀਆਂ, ਉਹਦੀ ਬਦੌਲਤ ਮੈਂ ਉਹਦਾ ਧੰਨਵਾਦ ਕਰਦਾ। ਇਹ ਵੀ ਕਹਿ ਦਿੱਤਾ ਵੀ ਉਹਦੀ ਰਚਨਾ 'ਚ ਵੀ ਭਾਈ ਉਹ ਬਚਨ ਥੋੜ੍ਹੇ ਜਿਹੇ ਐਸੇ, ਉਹ ਵੀ ਦੱਸ ਦਿੱਤੀ ਗੱਲਬਾਤ, ਵਿਦਵਾਨਾਂ ਦੀ ਗੱਲ ਹੈ ਸੰਗਤ ਜੀ, ਸਾਡਾ ਹੱਕ ਨਹੀਂ ਕਿੰਤੂ ਕਰਨਾ ਵਿਦਵਾਨਾਂ ਦੀ ਗੱਲ 'ਤੇ। ਪਰ ਜਿਹੜਾ ਬਣਦਾ ਮਾਣ ਸੀ ਉਹ ਵੀ ਕਹਿਣ ਲੱਗੇ ਭਾਈ ਮੈਂ ਧੰਨਵਾਦ ਕਰਦਾ ਵੀ ਸਾਖੀਆਂ, ਜੇ ਕਿਤੇ ਕਵੀ ਰਤਨ ਸਿੰਘ ਜੀ ਭੰਗੂ ਇਹ ਪਰਉਪਕਾਰ ਨਾ ਕਰਦੇ, ਇੰਨਾ ਵੱਡਾ ਖਜ਼ਾਨਾ ਮੇਰੇ ਕੋਲ ਨਾ ਹੁੰਦਾ, ਇਹ ਉਹਨਾਂ ਦੀ ਬਦੌਲਤ ਹੈ। ਇਹ ਹੁੰਦਾ ਉਹਨੇ ਫਿਰ ਭਾਈ ਪੰਥ ਪ੍ਰਾਚੀਨ ਪੰਥ ਪ੍ਰਕਾਸ਼ ਅਤੇ ਨਵੀਨ ਪੰਥ ਪ੍ਰਕਾਸ਼ ਲਿਖਿਆ, ਜਿਹਦੇ ਵਿੱਚ ਬਹੁਤ ਵੱਡਾ ਉਸਨੇ ਖੁਲਾਸਾ ਕੀਤਾ, ਭਾਈ ਮਣੀ ਸਿੰਘ ਜੀ ਸ਼ਹੀਦੀ, ਬਾਬਾ ਦੀਪ ਸਿੰਘ ਜੀ ਦਾ ਜੰਗ ਸਾਰਾ, ਜਿਹੜੇ ਕਈ ਜੰਗ ਰਹਿ ਗਏ ਸੀ ਨਾ, ਜਿਹੜੀਆਂ ਲਿਖਤਾਂ ਪੁਰਾਤਨ ਇੱਥੇ ਰਹਿ ਗਈਆਂ ਸੀ ਪ੍ਰਾਚੀਨ ਵਿੱਚੋਂ, ਉਹਨੇ ਫਿਰ ਗੁਰਮੁਖ ਨੇ ਉਜਾਗਰ ਕੀਤੀਆਂ, ਔਰ ਬਹੁਤ ਵੱਡੀ ਦੇਣ ਦਿੱਤੀ ਪੰਥ ਨੂੰ। ਅਤੇ ਜਿਹਦਾ ਗਿਆਨੀ ਸਿੰਘ ਸਾਹਿਬ ਕਿਰਪਾਲ ਸਿੰਘ ਜੀ ਹੈੱਡ ਗ੍ਰੰਥੀ ਸ਼੍ਰੀ ਹਰਿਮੰਦਰ ਸਾਹਿਬ ਜੀ ਨੇ ਉਹਦੇ ਭਾਈ ਪ੍ਰਿਆ ਲਿਖੇ ਫਿਰ ਅਤੇ ਸੁਖੈਨ ਕਰ ਦਿੱਤਾ, ਜਿਵੇਂ ਇਸ ਗ੍ਰੰਥ ਦੇ ਪ੍ਰਿਆ ਗਿਆਨੀ ਵੀਰ ਸਿੰਘ ਜੀ ਨੇ ਲਿਖਿਆ, ਡਾਕਟਰ ਵੀਰ ਸਿੰਘ ਜੀ ਪਦਮ ਭੂਸ਼ਣ ਜੀ ਨੇ, ਉਸ ਤਰ੍ਹਾਂ ਦੀ ਮਰਿਆਦਾ ਉਸ ਵਿੱਚ ਹੈ। ਉਹ ਗਿਆਨੀ ਕਿਰਪਾਲ ਸਿੰਘ ਹੈੱਡ ਗ੍ਰੰਥੀ ਹਰਿਮੰਦਰ ਸਾਹਿਬ ਜੀ ਕੇ ਉਹਨਾਂ ਨੇ ਫਿਰ ਪ੍ਰਿਆ ਲਿਖੇ, ਸੁਖੈਨ ਕੀਤਾ ਭਾਈ ਵਿਦਿਆਰਥੀਆਂ ਵਾਸਤੇ, ਸਿੱਖ ਜਗਤ ਵਾਸਤੇ, ਅਤੇ ਜਿਸ ਕਰਕੇ ਉਹ ਗਿਆਨੀ ਗਿਆਨ ਸਿੰਘ ਜੀ ਦਾ ਬੜਾ ਵੱਡਾ ਪਰਉਪਕਾਰ ਹੈ। ਉਹਨਾਂ ਨੇ ਜੇ ਕੋਈ ਕਿੰਤੂ ਕੀਤਾ ਉਹਦੇ ਮੁਕਾਬਲੇ ਜਿੱਥੇ ਮਾਫੀ ਮੰਗੀ, ਨਾਲ ਧੰਨਵਾਦ ਕੀਤਾ। ਅਤੇ ਅੱਜ ਇੱਕ ਵੀ ਦੋਹਰਾ ਕਵੀ ਸੰਤੋਖ ਸਿੰਘ ਵਰਗਾ, ਆ ਜਿਹੜੇ ਜਾਗਰੂਕ ਹੈ ਨਾ, ਇੱਕ ਵੀ ਦੋਹਰਾ, ਹਾਲਾਂਕਿ ਦੋਹਰੇ ਦੀ ਕੋਈ ਬਹੁਤੀ ਵੱਡੀ ਗੱਲਬਾਤ ਨਹੀਂ ਹੁੰਦੀ, ਦੋ ਪੰਗਤੀਆਂ ਹੁੰਦੀਆਂ, ਜਿਹੜਾ ਅੱਗੇ ਕਵਿਤ ਲਿਖਣਾ ਸਵਈਆ ਲਿਖਣਾ ਇਹ ਤਾਂ ਭਾਈ ਜਿਹਨੇ ਪਿੰਗਲਾ ਦੀ ਮਰਿਆਦਾ ਸਿੱਖੀ ਹੋਵੇ ਉਹਨੂੰ ਪਤਾ ਹੁੰਦਾ ਵੀ ਗਣ ਤੱਗਣ ਸੱਗਣ ਇਹ ਕਿੱਥੇ ਕਿੰਨੇ ਲੱਗਦੇ ਆ, ਕਿਹੜੀ ਬਹੁਤ ਵੱਡੀ ਮਰਿਆਦਾ ਕਾਵਿ ਦੀ, ਕਾਵਿ ਰਚਨਾ ਦੀ। ਪਰ ਇੱਕ ਉਹ ਸਾਰੀ ਐਸੀ ਮਹਾਨ ਲਿਖਤ 'ਤੇ ਬਿਨਾਂ ਸੋਚੇ ਸਮਝੇ ਕਿੰਤੂ ਕਰ ਦੇਣਾ, ਜਿਹੜੀ ਕਿ ਐਸੀ, ਅੱਗੇ ਆਪਾਂ ਯੰਗ ਵਿਚਾਰਾਂਗੇ ਜਾਂ ਹੋਰ ਅੱਗੇ ਪ੍ਰਸੰਗ ਆਉਣਗੇ, ਕਵੀ ਸੰਤੋਖ ਸਿੰਘ ਜੀ ਦੀ ਜਿਹੜੀ ਲਿਖਤ ਹੈ ਚੂੜਾਮਣ ਕਾਵਿ ਐਵੇਂ ਨਹੀਂ ਭਾਈ, ਇਹ ਮਾਣ ਮਿਲਿਆ। ਔਰ ਐਡੇ ਵੱਡੇ ਵਿਦਵਾਨ ਗੁਰਮੁਖ ਸਿੱਖ ਡਾਕਟਰ ਭਾਈ ਵੀਰ ਸਿੰਘ ਜੀ ਪਦਮ ਭੂਸ਼ਣ, ਉਹਨਾਂ ਨੇ ਐਵੇਂ ਨਹੀਂ ਇਸ ਨੂੰ ਹੱਥ ਪਾਇਆ, ਉਹਨਾਂ ਨੂੰ ਪਤਾ ਸੀ ਵੀ ਸਿੱਖ ਜਗਤ 'ਤੇ ਬਹੁਤ ਵੱਡਾ ਪਰਉਪਕਾਰ ਹੋ ਰਿਹਾ ਇਹ ਜਿਹੜਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਕੀਤਾ, ਅਤੇ ਸਾਨੂੰ ਉਹਦੇ ਵਿੱਚ ਕੋਈ ਬਣਦਾ ਇਸ ਵਾਸਤੇ ਯੋਗਦਾਨ ਪਾਉਣਾ ਚਾਹੀਦਾ, ਜਿਸ ਕਰਕੇ ਇਹ ਜਿਹੜੀਆਂ ਲਿਖਤਾਂ ਵਿਦਵਾਨਾਂ ਦੀ ਦ੍ਰਿਸ਼ਟੀ ਵਿੱਚ ਇਹ ਬੜੀਆਂ ਅਹਿਮ ਲਿਖਤਾਂ, ਜਿਸ ਕਰਕੇ ਚਿਰੰਜੀਵੀ ਲਿਖਤਾਂ, ਇਹ ਚਿਰੰਜੀਵੀ
ਜਿਸ ਕਰਕੇ ਉਹ ਬੜਾ ਪਰਉਪਕਾਰ ਕੀਤਾ ਹੈ। ਅਤੇ ਅੱਜ ਦੇ ਜਿਹੜੇ ਆ ਭਾਈ ਸ਼ੰਕਾ ਕਰਦੇ ਹੈ, ਪਰ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਤੌਰ 'ਤੇ ਸ਼ੰਕਾ ਤਾਂ ਕੋਈ ਰਹਿਣ ਨਹੀਂ ਦਿੱਤਾ ਅਤੇ ਕਹਿਣ ਲੱਗੇ ਭਾਈ ਸਤਿਗੁਰੂ ਜੀ ਦਾ ਜਿਹੜਾ ਦਰਸ਼ਨ ਹੈ ਉਹ ਅਭੀਚ ਨਛੱਤਰ ਦਾ ਦਰਸ਼ਨ ਹੈ। ਜਿਵੇਂ ਅਭੀਚ ਤਾਂ ਕਿਸੇ ਟਾਈਮ ਹੀ ਲੱਗਦਾ ਹੈਗਾ, ਉਹ ਨਛੱਤਰ ਕਦੇ ਪ੍ਰਗਟ ਹੁੰਦਾ, ਸਾਲ ਦੇ ਵਿੱਚ ਕੁਛ ਟਾਈਮ ਹੁੰਦਾ ਉਹਦੀ ਮਰਿਆਦਾ, ਪਰ ਜਿਹੜਾ ਸਤਿਗੁਰੂ ਜੀ ਦਾ ਦਰਸ਼ਨ ਹੈ ਇਹ ਤਾਂ ਭਾਈ ਹਰ ਟਾਈਮ ਹੀ ਅਭੀਚ ਨਛੱਤਰ ਦਾ, ਜਦੋਂ ਵੀ ਕੋਈ ਆ ਜਾਵੇ ਸਮਝੋ ਉਹਦੀ ਅਭੀਚ ਨਛੱਤਰ ਦੇ ਪੁਰਬ ਦੇ ਦਰਸ਼ਨ ਹੋ ਗਏ, ਉਹ ਇਸ਼ਨਾਨ ਹੋ ਗਏ। ਇਹ ਦਰਸ਼ਨ ਤਾਂ ਭਾਈ ਐਸਾ ਹੈ ਸਤਿਗੁਰੂ ਜੀ ਦਾ, ਨਿਰਮਲ ਗਿਆਨ ਜਹਿ ਬਰਬਾਰੀ। ਅਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਭਾਈ ਸ਼ੰਕਾ ਵੀ ਕਰਨਗੇ, ਅਤੇ ਜਿਸ ਕਰਕੇ ਕਵੀ ਜੀ ਕਹਿੰਦੇ ਭਾਈ ਨਿਰਮਲ ਗਿਆਨ ਜਾਹੇ ਬਰ ਵਾਰੀ, ਜਿਹਦੇ ਵਿੱਚ ਜਿਹੜਾ ਗਿਆਨ ਹੈ ਨਾ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹਿਰਦੇ 'ਚ, ਸਤਿਗੁਰਾਂ ਦੇ ਮੁਖਾਰ ਬਿੰਦ 'ਤੇ, ਸਤਿਗੁਰਾਂ ਦੀ ਬਾਣੀ 'ਚ ਨਿਰਮਲ ਗਿਆਨ ਜਾਹੇ ਬਰ ਵਾਰੀ, ਉਹ ਨਿਰਮਲ ਗਿਆਨ ਹੈ ਜਿਹੜਾ ਭਾਈ ਜਾਹੇ, ਉਹ ਮਾਨੋ ਸ੍ਰੇਸ਼ਟ ਜਲ ਹੈ। ਕਹਿੰਦੇ ਭਾਈ ਕਿਨਾਰੇ ਵੀ ਹੁੰਦੇ ਆ ਦੋ ਨਦੀ ਦੇ, ਤਾਂ ਜਿਹੜੀ ਇਹ ਨਦੀ ਆ ਸਤਿਗੁਰੂ ਜੀ ਦੇ ਦਰਸ਼ਨਾਂ ਰੂਪੀ, ਇਹਦੇ ਕਿਨਾਰੇ ਕਿਹੜੇ ਹੈ? ਯੋਗ ਵੈਰਾਗ, ਯੋਗ ਵਾਹਿਗੁਰੂ ਪਰਮੇਸ਼ਵਰ ਨਾਲ ਜੁੜਨਾ, ਵੈਰਾਗ ਸੰਸਾਰ ਦੀ ਜਿੰਨੀ ਵਾਸਨਾ ਉਹ ਬ੍ਰਹਮ ਲੋਕ ਤੱਕ ਦੀ ਇੱਛਾ ਦਾ ਤਿਆਗ ਕਰ ਦੇਣਾ, ਇਹਨੂੰ ਯੋਗ ਵੈਰਾਗ ਕੂਲ ਸੁਖਕਾਰੀ, ਇਹ ਸੁੱਖ ਕਰਨ ਵਾਲੇ ਸੁੰਦਰ ਕਿਨਾਰੇ ਹੈ। ਸੰਗਤ ਜਲ ਜੰਤ ਅਨੇਕਾਂ, ਭਾਈ ਜਿਹੜੀ ਸਿੱਖੀ ਸੇਵਕੀ ਹੈ, ਇਹ ਕਵੀ ਜੀ ਕਹਿੰਦੇ ਅਨੇਕਾਂ ਹੀ ਜੀਵ ਜੰਤੂ ਹੈ ਉਸ ਜਲ ਦੇ, ਇਹ ਵਡਿਆਈ ਹੈ ਸੰਗਤ ਜੀ। ਮਤਾਂ ਸੋਚਣਾ ਵੀ ਸਾਨੂੰ ਤਾਂ ਕੱਛੂ ਕੁੰਮੇ ਬਣਾਤਾ, ਮੱਛੀਆਂ ਮੱਛ ਬਣਾਤਾ ਕਵੀ ਨੇ, ਨਾ ਭਾਈ, ਪਾਣੀ ਦੇ ਵਿੱਚ ਜਿਹੜੇ ਉਸ ਦੇ ਆਸਰੇ ਜਲ ਜੰਤ ਹੁੰਦੇ ਆ ਨਾ, ਅਤੇ ਜਿਹੜੇ ਗੁਰੂ ਕੇ ਸਿੱਖ ਬਾਣੀ ਦੇ ਆਸਰੇ, ਗੁਰੂ ਦੇ ਦਰਸ਼ਨਾਂ ਦੇ ਆਸਰੇ, ਇਹ ਵਡਿਆਈ ਕੀਤੀ ਆ ਕਵੀ ਜੀ ਨੇ। ਸਮ ਸਤ ਸੰਤੋਖ ਬਵੇਕਾ, ਕਹਿੰਦੇ ਭਾਈ ਜਿਹੜਾ ਸਮ ਹੁੰਦਾ ਹੈ ਮਨ ਨੂੰ ਕੰਟਰੋਲ ਕਰਨਾ, ਦਮ ਹੁੰਦਾ ਇੰਦਰੇ ਕਾਬੂ 'ਚ ਰੱਖਣੇ, ਅੱਖ ਨੱਕ ਕੰਨ ਜੀਵ, ਸੱਤ ਹੁੰਦਾ ਭਾਈ ਸੱਤ ਇੱਕ ਜੀਵਨ ਦੀ ਸੱਤ ਪ੍ਰਤੱਗੀ ਮਰਿਆਦਾ, ਸੰਤੋਖ ਵਾਹਿਗੁਰੂ ਦੀ ਬਖਸ਼ਿਸ਼ 'ਤੇ ਸਬਰ ਰੱਖਣਾ, ਵਿਵੇਕ ਸੁਭ ਵਿਚਾਰ ਰੱਖਣੀ ਚੰਗੇ ਮਾੜੇ ਕਰਮਾਂ ਦੀ, ਸੋਚ ਸੰਜਮ ਇਸ਼ਨਾਨ ਰੁੱਖ ਧਿਆਨ, ਸੋਚ ਪਵਿੱਤਰਤਾ ਰੱਖਣੀ ਕਰਮਾਂ ਦੀ ਵੀ ਅਤੇ ਹੋਰ ਜਿਹੜੀ ਸੁਚਮਤਾ ਰੱਖਣੀ ਭਾਈ, ਅਤੇ ਸੰਜਮ ਹੁੰਦਾ ਸੰਘ ਭਲੀ ਪ੍ਰਕਾਰ, ਜਮ ਨਿਮ ਹੁੰਦਾ ਇੰਦਰੇ ਕਾਬੂ 'ਚ ਰੱਖਣੇ, ਕੰਟਰੋਲ 'ਚ ਰੱਖਣੇ, ਅਤੇ ਇਸ਼ਨਾਨ ਰੋ ਧਿਆਨਾ, ਇਸ਼ਨਾਨ ਕਰਨਾ ਰੋ ਅਤੇ ਧਿਆਨ ਕਰਨਾ ਵਾਹਿਗੁਰੂ ਦਾ, ਇਹੋ ਸਭ ਖਿਰੇ ਕਮਲ ਵਿਦ ਨਾਨਾ। ਇਹ ਜਿਹੜੇ ਸੁਭ ਗੁਣ ਹੈ ਨਾ ਭਾਈ ਕਵੀ ਜੀ ਕਹਿ ਰਹੇ ਨੇ, ਇਹ ਸਾਰੇ ਮਾਨੋ ਵੀ ਕਵਲ ਖਿੜੇ ਹੋਏ ਹੈ ਇਸ ਗੁਰੂ ਰੂਪੀ ਨਦੀ ਵਿੱਚ। ਕਲਮਲ ਕਲਕੇ ਕਾਲ ਮਲੀਨਾ, ਕਲਮਲ ਕਲਕੇ ਕਾਲ ਮਲੀਨਾ, ਜਿਹੜਾ ਕਲਕੇ ਕਾਲ ਯੁਗ ਦੇ, ਕਾਲ ਕਹੀਏ ਸਮੇਂ ਕਰਕੇ, ਕਲਮਲ ਕਹੀਏ ਪਾਪਾਂ ਕਰਕੇ ਮਲੀਨ ਹੋਏ ਪਏ ਹੈ ਜੀਵ, ਮੱਜਣ ਦੇ ਕਰਹੀ, ਉਹ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਮੱਜਣ 'ਤੇ, ਜਦੋਂ ਆ ਕੇ ਦਰਸ਼ਨ ਰੂਪੀ ਇਸ਼ਨਾਨ ਕਰਦੇ ਆ, ਸਤਿਗੁਰਾਂ ਦੇ ਦੀਦਾਰ ਕਰਦੇ ਹੈ, ਅਤੇ ਕਰਹੀਨਾ ਉਹ ਕੀਤੇ ਹੋਏ ਕਲਯੁਗ ਦੇ ਕਰਮਾਂ ਦੇ ਜਿਹੜੇ ਭਾਈ ਪਾਪ ਹੈ ਉਹ ਸਾਰੇ ਨਸ਼ਟ ਹੋ ਜਾਂਦੇ ਹੈ, ਆਤਮਾ ਪਵਿੱਤਰ ਹੋ ਜਾਂਦੀ ਹੈ, ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁੱਖ ਜਾਏ, ਉਹ ਜਨਮ ਅਤੇ ਮਰਨ ਦੇ ਦੁੱਖ ਤੱਕ ਦੂਰ ਹੋ ਜਾਂਦੇ ਹੈ। ਤੇ ਸੀਤਲਤਾ ਭਾਈ ਨਦੀ ਚੱਲਦੇ ਪਾਣੀ ਵਿੱਚ ਸੀਤਲਤਾ ਹੁੰਦੀ ਹੈ, ਠੰਡ ਹੁੰਦੀ ਹੈ, ਕਹਿੰਦੇ ਇੱਥੇ ਭਾਈ ਜਿਹੜੀ ਮੁਕਤੀ ਦਿੱਤੇ ਆ ਨਾ ਦਾਤਾ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਦੇ ਦੀਦਾਰ ਵਿੱਚੋਂ ਜਿਹੜੀ ਮੁਕਤੀ ਪ੍ਰਾਪਤ ਹੁੰਦੀ ਹੈ, ਇਹ ਮਾਨੋ ਸੀਤਲਤਾ ਹੈ ਇਸ ਗੁਰੂ ਰੂਪੀ ਤੀਰਥ ਤੇ। ਭਾਗ ਪ੍ਰਾਪਤ ਹੋਏ ਤਾਂ ਭਾਈ ਵੱਡੇ ਭਾਗ ਪ੍ਰਾਪਤ ਹੋਏ, ਜਿਹਦੇ ਵੱਡੇ ਭਾਗ ਹੋਣ ਨਾ ਪਰੇ ਪੂਰਬਲੇ, ਪਰ ਉਹਨੂੰ ਇਸ ਗੁਰੂ ਰੂਪੀ ਤੀਰਥ ਦਾ ਦਰਸ਼ਨ ਹੁੰਦਾ, ਇਸ਼ਨਾਨ ਹੁੰਦਾ, ਅਸ ਸਤਿਗੁਰ ਤੀਰਥ ਅਤ ਪਾਵਨ, ਐਸੇ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਤੀਰਥ ਅਤ ਪਾਵਨ, ਤੀਰਥਾਂ ਤੋਂ ਵੀ ਅਤ ਪਾਵਨ ਹੈ, ਬਹੁਤੇ ਪਵਿੱਤਰ ਹੈ, ਭੇਸ਼ਿਤ ਤੀਰਥ ਜਾਵਨ, ਉਹ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੇ ਖੁਦ ਆਪ ਹੀ ਤੀਰਥਾਂ ਤੋਂ ਅਤ ਪਵਿੱਤਰ ਤੀਰਥ ਹੈ, ਇੱਛਤ ਭੇ ਉਹਨਾਂ ਦੀ ਇੱਛਾ ਭੇ ਹੋਈ ਹੈ, ਛੇਤ ਤੀਰਥ ਜਾਵਣ, ਧਰਤੀ ਦੇ ਤੀਰਥਾਂ 'ਤੇ ਜਾਣ ਦੀ। ਹੁਣ
ਕਿੱਥੇ ਕਵੀ ਸੰਤੋਖ ਸਿੰਘ ਜੀ ਨੇ ਸ਼ੰਕਾ ਰਹਿਣ ਦਿੱਤਾ ਕਿਸੇ ਦੇ ਮਨ ਵਿੱਚ, ਕਹਿ ਦਿੰਦੇ ਆ ਜੀ ਇਹ ਤਾਂ ਬ੍ਰਹਮਣਵਾਦ ਹੈ ਇਹਦੇ ਵਿੱਚ, ਇੰਨਾ ਪਵਿੱਤਰ ਤੀਰਥਾਂ 68 ਤੀਰਥ ਹੈ, 68 ਤੀਰਥਾਂ ਤੋਂ ਪਵਿੱਤਰ ਸਤਿਗੁਰਾਂ ਦਾ ਦਰਸ਼ਨ ਨਕਸ਼ਾ ਬੰਨ ਦਿੱਤਾ ਕਵੀ ਸੰਤੋਖ ਸਿੰਘ ਜੀ ਨੇ। ਤੀਰਥਾਂ ਦੇ ਵਿੱਚੋਂ ਕੀ ਮਿਲਦਾ, ਪਰ ਉਹ ਮਿਲਦਾ ਜਾਂ ਨਹੀਂ ਮਿਲਦਾ, ਗੁਰੂ ਦੇ ਦਰ ਤੋਂ ਜਿਹੜੀਆਂ ਇਹ ਚੀਜ਼ਾਂ ਮਿਲਦੀਆਂ ਇਹ ਸੱਚਮੁੱਚ ਪ੍ਰਤੱਖ ਮਿਲਦੀਆਂ, ਗੁਰਸਿੱਖਾਂ ਦੇ ਜੀਵਨ ਵਿੱਚ ਦੇਖ ਸਕਦੇ ਹਾਂ, ਅਤੇ ਇਹ ਨਕਸ਼ਾ ਬੰਨ ਦਿੱਤਾ ਕਵੀ ਸੰਤੋਖ ਸਿੰਘ ਜੀ ਨੇ। ਕਿੱਥੇ ਕਿਸ ਦੀ ਇੰਨੀ ਨਿਰਮਲ ਸੋਚ ਹੋਵੇਗੀ, ਕਿਹਦੀ ਇੰਨੀ ਪਵਿੱਤਰ ਸੋਚ ਹੋਵੇਗੀ। ਅੱਜ ਕਹਿੰਦੇ ਅਸੀਂ ਇਸ ਕੂੜ ਦੀ ਕਿਤਾਬ ਨੂੰ ਸਟੇਜਾਂ 'ਤੇ ਜਾ ਕੇ ਦੱਸਿਆ ਕਰਾਂਗੇ, ਸਟੇਜਾਂ 'ਤੇ ਜਾ ਕੇ, ਜੇ ਆਪਦੇ ਪਿਓ ਦੇ ਪੁੱਤੋਂ ਨਾ ਇੱਕ ਵੀ ਪੰਗਤੀ ਦਾ ਇੱਕ ਪੰਗਤੀ ਇਤਿਹਾਸ ਦੀ ਗੁਰਪ੍ਰਤਾਪ ਦੀ, ਹਾਂ ਅਸੀਂ ਪੁੱਛਾਂਗੇ ਵਿਦਿਆਰਥੀ ਜਿਹੜੇ ਪੜ੍ਹੇ ਹੋਏ ਆ ਭਾਈ ਛਿੱਤਰ ਖਾ ਕੇ ਵਿਦਵਾਨਾਂ ਤੋਂ, ਅਸੀਂ ਪੁੱਛਾਂਗੇ ਵੀ ਐਸ ਦਾ ਅਰਥ ਕਰ, ਉਹ ਅਰਥ ਕਰਕੇ ਵਿਖਾਵੇ ਸੰਗਤ ਜੀ। ਕਵੀ ਸੰਤੋਖ ਸਿੰਘ ਜੀ ਲਿਖਤ ਦਾ ਅਰਥ ਕਰਨਾ ਇਹ ਖਾਲਾ ਜੀ ਦਾ ਵਾੜਾ ਨਹੀਂ ਹੈ, ਇਹ ਕੋਈ ਮਾਨ ਹੰਕਾਰ ਦੀ ਗੱਲ ਨਹੀਂ ਸੰਗਤ ਜੀ। ਉੱਥੇ ਜਾ ਕੇ ਜਿੱਥੇ ਪੰਜਵੀਂ ਰੁੱਤ ਰੰਭ ਹੁੰਦੀ ਹੈ ਨਾ, ਵੱਡੇ ਵੱਡੇ ਵਿਦਵਾਨ ਉੱਥੇ ਜਾ ਕੇ ਮੁੜਕਾ ਆਉਣ ਲੱਗ ਜਾਂਦਾ, ਵਿਚਾਰ ਸਾਗਰ ਸਮੁੱਚਾ ਉਹਦੇ ਵਿੱਚ ਗੁੰਥਨ ਕੀਤਾ ਪਿਆ। ਕਵੀ ਸੰਤੋਖ ਸਿੰਘ ਜੀ ਲਿਖਤ ਇੱਕ ਸਵਈਏ ਦੇ ਅਰਥ ਨਹੀਂ ਕਰ ਸਕਦਾ, ਕੋਈ ਇੱਕ ਸਵਈਏ ਦੇ, ਜਦੋਂ ਇੱਕ ਸਵਈਏ ਦੇ ਵਿੱਚ 10 ਵਾਰੀ ਅਰਜਨ, ਇਕੱਲਾ ਅਰਜਨ ਆਉਂਦਾ, ਵੱਖੋ ਵੱਖਰੇ ਅਰਥ ਹੋਣੇ ਹੈ। ਇਸ ਵਾਸਤੇ ਇੱਕ ਗੱਲਾਂ ਦੇ ਨਾਲ ਹੀ ਭਾਈ ਕਿੰਤੂ ਕਰੀ ਜਾਣਾ, ਇਸ ਵਾਸਤੇ ਐਸੇ ਮਹਾਨ ਪੁਰਖ ਕਵੀ ਸੰਤੋਖ ਸਿੰਘ ਜੀ ਨੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਤੀਰਥਾਂ ਤੋਂ ਵੀ ਅਤ ਪਾਵਣ ਸਿੱਧ ਕਰ ਦਿੱਤੇ। ਆਦਿਕ ਤੀਰਥ ਜੇ ਕਹਿੰਦੇ ਸਤਿਗੁਰੂ ਅਮਰਦਾਸ ਪਾਤਸ਼ਾਹ ਤੀਰਥਾਂ ਤੋਂ ਵੀ ਜਿਹੜੇ ਅਤ ਪਾਵਣ ਹੈ, ਉਹਨਾਂ ਦੇ ਮਨ ਵਿੱਚ ਫੁਰਨਾ ਆਇਆ ਵੀ ਹੁਣ ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ ਚੱਲੀਏ। ਕਲੀ ਕਾਲ ਨਰ ਤੇ ਜਿਹੜੇ ਪ੍ਰਿਥਵੀ ਦੇ ਤੀਰਥ ਹੈ, ਗੰਗਾ ਆਦਿਕ ਜਿੰਨੇ ਵੀ ਮੱਝ ਹੈ ਕਲੀ ਕਾਲ ਨਰ ਤੇ, ਜਿਹਨਾਂ ਦਾ ਇਸ਼ਨਾਨ ਕਰਦੇ ਆ ਕਲਯੁਗ ਦੇ ਤੇ ਸਮੇਂ ਦੇ ਨਰ ਮਨੁੱਖ ਹੈ ਜੇ ਤੇਈ, ਉਹ ਸਾਰੇ ਅਨਗਨ ਪਾਪ ਤਜੈ ਤਿਨ ਮਾਹੀ, ਉਹ ਇਸ਼ਨਾਨ ਪਾਣ ਕਰਦੇ ਆ ਅਨਗਨ ਕਹੀਏ ਅਨੇਕਾਂ ਹੀ ਜਿਹੜੇ ਪਾਪ ਹੈ ਤਜੈ ਤਿਨ ਮਾਹੀ, ਉਹਨਾਂ ਦੇ ਵਿੱਚ ਤਜੈ ਛੱਡਦੇ ਆ, ਉਹਨਾਂ ਦੇ ਵਿੱਚ ਅਨੇਕਾਂ ਪਾਪ ਤਿਆਗ ਜਾਂਦੇ ਆ। ਤਿੰਨ ਕੋ ਭਾਰ, ਤਿੰਨ ਉਹਨਾਂ ਕੋ ਦਾ ਭਾਰ ਹੈ ਜਿਹੜਾ ਉਹ ਤੀਰਥਾਂ ਤੋਂ ਹੁਣ ਸਹਾਰਿਆ ਨਹੀਂ ਜਾਂਦਾ, ਕਿਉਂਕਿ ਇਹ ਤੀਰਥ ਪੁਕਾਰਾਂ ਕਰ ਰਹੇ ਹੈ ਤੀਰਥਾਂ ਦੀਆਂ। ਸਤਿਗੁਰੂ ਨਾਨਕ ਪਰਮੇਸ਼ਵਰ ਜੀ ਆਏ ਹੀ ਦੁਨੀਆਂ ਦੀ ਪੁਕਾਰ ਸੁਣ ਕੇ ਸੀ, ਸਾਰੀ ਮਰਿਆਦਾ ਧਰਮ ਤੋਂ ਲੈ ਕੇ ਡਗਮਗਾ ਗਈ ਸੀ। ਉਦੋਂ ਫਿਰ ਜਿਹਨਾਂ ਦੇ ਪੱਲੇ ਕੁਛ ਕਿਣਕਾ ਅੰਸ਼ ਸੀ, ਉਹਨਾਂ ਦੀ ਅਰਦਾਸ ਇਹ ਸੀ, ਮਹਾਰਾਜ ਪਰਮੇਸ਼ਵਰ ਵਾਹਿਗੁਰੂ ਹੁਣ ਤੂੰ ਖੁਦ ਆ, ਹੁਣ ਤੇਰੇ ਬਿਨਾਂ ਗੁਜ਼ਾਰਾ ਨਹੀਂ ਹੈ। ਇਹ ਅੰਮ੍ਰਿਤ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿ ਸੁਭਾਏ। ਇਸੇ ਤਰ੍ਹਾਂ ਗੁਰੂ ਕਲੰਗੀਧਰ ਪਿਤਾ ਜੀ ਨੇ ਅੰਮ੍ਰਿਤ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਅੰਦਰ ਵੀ ਇਹ ਜ਼ਿਕਰ ਕੀਤਾ ਹੈ। ਇਸ ਵਾਸਤੇ ਵਾਹਿਗੁਰੂ ਗੁਰੂ ਨਾਨਕ ਹੈ, ਐਸੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਿਰ ਇਹ ਸਮੁੱਚੀ ਪੁਕਾਰ ਸੁਣ ਕੇ ਆਏ ਹੈ, ਜਿਨ੍ਹਾਂ ਨੂੰ ਸੰਸਾਰ ਦੀ ਮਰਿਆਦਾ ਕਾਇਮ ਕਰਨ ਵਾਸਤੇ ਇੰਨੀ ਮਰਿਆਦਾ ਵਿਗੜ ਚੁੱਕੀ ਸੀ, ਇੰਨੀ ਵਿਗੜ ਚੁੱਕੀ ਸੀ ਖੁਦ ਪਰਮੇਸ਼ਵਰ ਨੂੰ ਵੀ ਉਹ ਮਰਿਆਦਾ ਸ਼ੁੱਧ ਕਰਨ ਵਾਸਤੇ 10 ਜਾਮੇ ਲੱਗੇ ਹੈ, ਇੰਨੀ ਵਿਗੜੀ ਹੋਈ ਮਰਿਆਦਾ ਸੀ, ਜਿਸ ਕਰਕੇ ਅਤੇ ਤਿੰਨ ਕੋ ਭਾਰ ਸਹਾਰਤ ਨਾਹੀਂ। ਇਹ ਜਿਹੜਾ ਤੀਰਥਾਂ 'ਤੇ ਜਾਂਦੇ ਹੈ ਉਹ ਵੀ ਭਾਈ ਪਾਪ ਕਰਮ ਕਰਦੇ ਹੈ, ਪਾਪਾਂ ਵਾਲੀ ਮਰਿਆਦਾ ਹੋਣ ਕਰਕੇ ਉਹਨਾਂ ਦੀ ਉਹ ਇਸ਼ਨਾਨ ਪਾਣੀ ਕਰਦੇ ਆ, ਉੱਥੇ ਆਪਣੇ ਪਾਪਾਂ ਦਾ ਭਾਰ ਛੱਡ ਆਉਂਦੇ ਹੈ, ਉਹਨਾਂ ਪਾਪਾਂ ਕਰਕੇ ਹੁਣ ਭਾਈ ਭੈ ਭੀਤ ਕਾਲੇ ਬਕਰਾਲ ਹੋਏ ਪਏ ਹੈ, ਉਹਨਾਂ ਤੋਂ ਉਹ ਪਾਪਾਂ ਦਾ ਭਾਰ ਸਹਾਰਿਆ ਨਹੀਂ ਜਾਂਦਾ। ਉਹ ਅਰਦਾਸਾਂ ਕਰਦੇ ਹੈ, ਹੇ ਸਤਿਗੁਰੂ ਅਮਰਦਾਸ ਮਹਾਰਾਜ, ਹੁਣ ਸਾਡੇ ਪਾਪ ਕਿਵੇਂ ਨਿਰਵਿਰਤ ਹੋਣਗੇ, ਕਿਉਂਕਿ ਕਿਲਵਿਖ ਮੈਲ ਭਰੇ ਪਰੇ ਹਮਰੇ ਵਿੱਚ, ਪਾਪਾਂ ਦੀ ਮੈਲ ਨਾਲ ਭਰੇ ਹੋਏ ਲੋਕ ਪਰੇ ਹਮਰੇ ਵਿੱਚ ਸਾਡੇ ਵਿੱਚ ਆ ਕੇ ਪੈਂਦੇ ਹੈ। ਹਮਰੀ ਮੈਲ ਸਾਧੂ ਕੀ ਧੂਰ ਗਵਾਈ, ਜਿਹੜੀ ਸਾਡੀ ਮੈਲ ਹੈ ਉਹ ਤਾਂ ਹੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦੀ ਪਵਿੱਤਰ ਧੂੜ ਹੀ ਦੂਰ ਕਰ ਸਕਦੀ ਹੈ। ਜਦੋਂ ਆਪ ਜੀ ਦੇ ਚਰਨ ਪਰਸਾਂਗੇ ਉਦੋਂ ਸਾਡੀ ਇਹ ਪਵਿੱਤਰਤਾ ਦੂਰ ਹੋਵੇਗੀ। ਇੱਦਾਂ ਅਰਦਾਸਾਂ ਕਰ ਰਹੇ ਹੈ ਤੀਰਥ, ਸ੍ਰੀ ਸਤਿਗੁਰੂ ਅਰਾਧਾ, ਜਿਸ ਕਰਕੇ ਧੰਨ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਅਰਾਧ ਰਹੇ ਹੈ। ਆਨ ਚਰਨ ਪਾਵੋ ਹੱਥ ਵਾਧਾ, ਹੇ ਮਹਾਰਾਜ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਆਪ ਜੀ ਆ ਕੇ ਸਾਡੇ
ਸਾਡੇ ਵਿੱਚ ਪਵਿੱਤਰ ਮੁਬਾਰਕ ਪਾਵਨ ਚਰਨ ਪਾਓ। ਜਿਸ ਕਰਕੇ ਹੱਥ ਵਾਧਾ ਜਿਹੜੀ ਸਾਡੀ ਵਾਧਾ ਪੀੜਾ ਦੁੱਖ ਪਾਪ ਹੈ ਉਹ ਸਾਰੇ ਹੱਥ ਕਹੀਏ ਨਸ਼ਟ ਹੋ ਜਾਣ। ਪਾਪਨ ਤੇ ਪੀੜਤ ਹਮ ਹੋਏ। ਹੇ ਮਹਾਰਾਜ ਸਤਿਗੁਰੂ ਅਮਰਦਾਸ ਪਾਤਸ਼ਾਹ ਜੀਓ, ਅਸੀਂ ਜਿੰਨੇ ਵੀ ਤੀਰਥਾਂ ਪਾਪਾਂ ਕਰਕੇ ਪੀੜਤ ਹੋਏ ਪਏ ਆ, ਦੁਖੀ ਹੋਏ ਪਏ ਆ। ਕਰ ਕਰ ਦੋਸ ਹਮੋ ਮਹੁ ਧੋਏ। ਹੇ ਮਹਾਰਾਜ ਕਰ ਕਰ ਦੋਸ ਹਮੋ ਮੋਹ ਧੋਏ। ਇਹ ਲੋਕ ਪਾਪ ਕਰ ਕਰਕੇ ਹਮੋਹ ਮੋਹ ਧੋਏ, ਸਾਡੇ ਵਿੱਚ ਇਸ਼ਨਾਨ ਕਰਦੇ ਹੈ। ਸਤਿਗੁਰ ਤੁਮਰੇ ਪਗ ਪਾ। ਹੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀਓ, ਤੁਹਾਡੇ ਜਿਹੜੇ ਪਗ ਚਰਨ ਹੈ ਇਹ ਪਵਿੱਤਰ ਹੈ। ਜਪ ਹਮ ਬਿਖੈ ਕਰੋਗੇ ਪਾਪ। ਹੇ ਮਹਾਰਾਜ ਸਤਿਗੁਰੂ ਜੀ, ਜਦੋਂ ਪਵਿੱਤਰ ਚਰਨ ਆਪ ਜੀ ਸਾਡੇ ਵਿੱਚ ਪਾਓਗੇ, ਤਤਸ਼ਨ ਹਮ ਸਭ ਹੋਏ ਸੁਖਾਰੇ। ਪਾਤਸ਼ਾਹ ਜੀ, ਤਤਸ਼ਨ ਉਸੇ ਟਾਈਮ ਅਸੀਂ ਸਾਰੇ ਸੁਖਾਰੇ ਹੋ ਜਾਵਾਂਗੇ, ਸੁਖਾਲੇ ਹੋ ਜਾਵਾਂਗੇ ਮਹਾਰਾਜ, ਅਸੀਂ ਸਾਰੇ ਸੌਖੇ ਹੋ ਜਾਵਾਂਗੇ। ਆਵੋ ਤੂਰਨ ਕਰੁਣਾ ਧਾਰੇ। ਪਾਤਸ਼ਾਹ ਜੀ, ਆਵੋ ਤੂਰਨ ਛੇਤੀ ਕਿਰਪਾ ਕਰਕੇ। ਕਿੱਥੇ ਹਿੰਦੂ ਮਤ ਹੈ ਹੁਣ, ਕਿੱਥੇ ਬ੍ਰਾਹਮਣੀ ਮਰਿਆਦਾ ਇੱਥੇ ਰਹਿ ਗਈ ਹੁਣ। ਕਵੀ ਸੰਤੋਖ ਸਿੰਘ ਜੀ ਦੀ ਵਡਿਆਈ, ਕਿਉਂਕਿ ਸੱਚਾ ਸੁੱਚਾ ਸਿੱਖ ਸੀ ਗੁਰੂ ਘਰ ਦਾ ਭਾਈ। ਗੁਰੂ ਪਾਤਸ਼ਾਹ ਜੀ ਤੋਂ ਬਿਨਾਂ ਉਹ ਭਾਈ ਕਿਸੇ ਨੂੰ ਪ੍ਰਤੱਖ ਵੀ ਲਿਖਿਆ ਹੋਇਆ ਕਿ ਗੁਰੂ ਗੋਬਿੰਦ ਸਿੰਘ ਗੁਰੂ ਗਤਦਾਇਕ ਆਣ ਕੀ ਆਸ ਨਹੀਂ ਮਨ ਰਾਈ। ਹੇ ਗੁਰੂ ਗੋਬਿੰਦ ਸਿੰਘ ਜੀ, ਤੇਰੇ ਚਰਨਾਂ ਤੋਂ ਬਿਨਾਂ ਮੇਰੇ ਮਨ ਵਿੱਚ ਆਣ ਕੀ ਆਸ, ਹੋਰ ਕਿਸੇ ਦੀ ਆਸ ਰਾਈ ਜਿੰਨੀ ਵੀ ਨਹੀਂ। ਰਾਈ ਕਿੰਨੀ ਕੁ ਹੁੰਦਾ ਦਾਣਾ, ਇਸ ਵਾਸਤੇ ਰਾਈ ਜਿੰਨਾ ਵੀ ਮੇਰੇ ਮਨ ਵਿੱਚ ਤੇਰੇ ਚਰਨਾਂ ਤੋਂ ਬਿਨਾਂ ਕਿਸੇ ਦੀ ਆਸ ਨਹੀਂ ਹੈ। ਐਸਾ ਸਿੱਖ ਸੀ ਕੱਟੜ ਗੁਰੂ ਕਾ। ਸਭ ਤੀਰਥ ਕੋ ਲੱਖ ਬਿਪਰਾਏ। ਸਭ ਤੀਰਥ ਕੋ ਲੱਖ ਅਭਿਪ੍ਰਿਆ, ਸਾਰੇ ਤੀਰਥਾਂ ਦਾ ਅਭਿਪ੍ਰਾਇ ਕਹੀਏ ਭਾਈ, ਮਤਲਬ ਕਹੀਏ ਇੱਛਾ, ਇਸ ਵਾਸਤੇ ਅਭਿਪ੍ਰਾਇ ਹੁੰਦਾ ਉਹ ਜੋ ਭਾਵਨਾ ਬਣੀ ਹੋਈ ਹੈ ਤੀਰਥਾਂ ਦੀ, ਉਹ ਸਾਰੇ ਤੀਰਥਾਂ ਦੀ ਅਰਦਾਸ ਪ੍ਰਵਾਨ ਕਰ। ਤਿਆਰ ਸੰਗਤ ਸੰਗ ਲਾਏ। ਆਪਣੇ ਨਾਲ ਸੰਗਤਾਂ ਲੈ ਕੇ ਸੱਚੇ ਪਾਤਸ਼ਾਹ, ਧੰਨ ਧੰਨ ਸਾਹਿਬ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਆਰ ਹੋ ਗਏ। ਜੈਸ ਜੈਸ ਗ੍ਰਾਮ। ਜਿਹੜੇ ਜਿਹੜੇ ਪਿੰਡ ਵਿੱਚ ਭਾਈ ਗੁਰੂ ਕੀ ਸਿੱਖੀ ਸੇਵਕੀ ਹੈ ਸੀ, ਯਾਤਰਾ ਸੁਣੀ ਗੁਰੂ ਸੁਖ ਧਾਮ। ਜਦੋਂ ਸੁਣੀ ਨਾ ਸੁੱਖਾਂ ਦੇ ਧਾਮ ਘਰ ਸੱਚੇ ਪਾਤਸ਼ਾਹ, ਧੰਨ 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 ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ ਚੱਲੇ ਹੈ। ਤਹਿ ਤਹਿ ਹੋਏ ਤਿਆਰ ਚੱਲੇ ਹੈ। ਤਹਿ ਤਹਿ ਤੇ ਉੱਥੋਂ ਉੱਥੋਂ ਹੀ ਗੁਰੂ ਕੇ ਸਿੱਖ ਤੇ ਸਤਿਗੁਰੂ ਜੀ ਦੇ ਨਾਲ ਦਰਸ਼ਨ ਕਰਨ ਵਾਸਤੇ ਕਿ ਨਾਲ ਸਤਿਗੁਰੂ ਜੀ ਦੇ ਦੀਦਾਰ ਹੋਇਆ ਕਰਨਗੇ, ਕਥਾ ਕੀਰਤਨ ਸੁਣਿਆ ਕਰਾਂਗੇ, ਇਸ ਵਾਸਤੇ ਤਿਆਰ ਹੋ ਕੇ ਚੱਲ ਪਏ। ਸਤਿਗੁਰੂ ਸੰਗ ਮਿਲੇ ਹੈ। ਆ ਆ ਕੇ ਸਤਿਗੁਰੂ ਧੰਨ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਮਿਲੇ। ਪਾਤਸ਼ਾਹ ਜੀ, ਸਾਨੂੰ ਪਤਾ ਲੱਗਾ ਆਪ ਜੀ ਤੀਰਥਾਂ ਦੀ ਮਰਿਆਦਾ ਕਾਇਮ ਕਰਨ ਵਾਸਤੇ ਔਰ ਉਹਨਾਂ ਸੰਗਤਾਂ ਨੂੰ ਦਰਸ਼ਨ ਦੀਦਾਰ ਦੇਣ ਵਾਸਤੇ ਜਾ ਰਹੇ ਹੋ। ਸੰਬੰਧੀ ਜੇਤੇ, ਗੁਰੂ ਘਰ ਦੇ ਜਿੰਨੇ ਵੀ ਸੰਬੰਧੀ ਸੀ ਭਾਈ ਗੁਰੂ ਘਰ ਨਾਲ ਜੁੜੇ ਹੋਏ ਸਨ, ਤਿਆਰ ਚੱਲਣੇ ਕਹੋ ਤੇਤੇ ਕਹੋ, ਉਹ ਸਾਰੇ ਭਾਈ ਚੱਲਣੇ ਕਹੋ, ਚੱਲਣ ਨੂੰ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਤਿਆਰ ਵਰ ਤਿਆਰ ਹੋ ਪਏ। ਸਤਸੰਗਤ ਸਿਮਰਨ ਹਰ ਨਾਮੂ। ਸਤਸੰਗਤ ਸਿਮਰਨ ਹਰ ਨਾਮੂ, ਸਤਸੰਗਤ ਦੇ ਵਿੱਚ ਰਹਾਂਗੇ, ਵਾਹਿਗੁਰੂ 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 ਨਾਮ ਸਿਮਰਾਂਗੇ। ਹੋਤ ਕੀਰਤਨ ਧੁਨ ਅਭਿਰਾਮੋ। ਜਿਸ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹਜ਼ੂਰ ਕੀਰਤਨ ਦੀ ਸੁੰਦਰ ਧੁਨੀ ਹੁੰਦੀ ਹੈ, ਉਹ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸ਼ਰਵਣ ਕਰਾਂਗੇ। ਗੋਇੰਦਵਾਲ ਤਿਆਗ ਕਰ ਚਲੇ। ਗੋਇੰਦਵਾਲ ਸਾਹਿਬ ਤਿਆਗ ਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਚਾਲੇ ਪਾ ਦਿੱਤੇ। ਸਨੇ ਮਗ ਮੈਂ ਬਹੁ ਮਿਲੇ। ਸਨੇ ਸਨੇ ਕਹੀਏ ਹੌਲੀ ਹੌਲੀ ਰਾਸਤੇ ਵਿੱਚ ਵੀ ਜਿਸ ਕਿਸੇ ਨੂੰ ਪਤਾ ਲੱਗਾ ਕਿ ਸੱਚੇ ਪਾਤਸ਼ਾਹ ਜੀ ਤੀਰਥਾਂ ਤੇ ਚੱਲੇ ਹੈ, ਉਹ ਵੀ ਗੁਰੂ ਕੇ ਸਿੱਖ ਮਾਰਗ ਪੰਥ ਚੱਲੇ, ਗੁਰ ਸਤਿਗੁਰ ਸੰਗ ਸਿੱਖਾ, ਅਣਦਿਨ ਭਗਤ ਬਣੀ ਖਿਣ ਖਿਣ ਨਿਮਖ ਵਿਖਾ, ਹਰ ਹਰ ਭਗਤ ਬਣੀ ਪ੍ਰਭ ਕੇਰੀ ਸਭ ਲੋਕ ਵੇਖਣ ਆਇਆ, ਜਿਨ ਦਰਸ ਸਤਿਗੁਰ ਗੁਰੂ ਕੀਆ ਤਿਨ ਆਪ ਹਰ ਮੇਲ ਆਇਆ। ਇਹ ਵਡਿਆਈ ਹੈ ਗੁਰੂ ਦੇ ਦਰਸ਼ਨਾਂ ਦੀ, ਜਿਹਨਾਂ ਨੇ ਸਤਿਗੁਰੂ ਦੇ ਦਰਸ਼ਨ ਦੀਦਾਰ ਕੀਤੇ ਭਾਈ, ਉਹਨਾਂ ਨੂੰ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ। ਐਦਾਂ ਗੁਰੂ ਕੀ ਸੰਗਤ ਸਤਿਗੁਰਾਂ ਦੇ ਨਾਲ ਤੀਰਥਾਂ ਦੀ ਯਾਤਰਾ ਕਰਨ ਵਾਸਤੇ ਚੱਲ ਪਈ ਹੈ। ਇੱਕ ਤੋਂ ਨਿਤ ਗੁਰ ਦਰਸ਼ਨ ਕਰੈ। ਇੱਕ ਤਾਂ ਇਹ ਭਾਵਨਾ ਗੁਰੂ ਕੇ ਸੰਗ ਦੀ ਨਿਤਾ ਪ੍ਰਤੀ, ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਪਰਸਾਂਗੇ, ਕੀਰਤਨ ਸੁਣੈ ਅਗਨ ਪਰ ਹਰੈ, ਕੀਰਤਨ ਸੁਣੈ, ਦੂਸਰਾ ਕੀਰਤਨ ਸੁਣਾਂਗੇ ਪਾਪਾਂ ਨੂੰ ਨਸ਼ਟ ਕਰਾਂਗੇ। ਬਹੁਰ ਜੇਜਵਾ ਤਰਕਨ ਕੇ। ਬਹੁਰੋ ਫਿਰ ਜਿਹੜਾ ਜੇਜਵਾ ਤਰਕਨ ਤੁਰਕਨ ਕੇਰਾ, ਤੁਰਕਾਂ ਨੇ ਜੇਜਵਾ ਲਾਇਆ, ਡੰਨ ਲਾਇਆ ਵੀ ਆਹ ਨਦੀ ਪਾਰ ਕਰਨ ਵਾਸਤੇ
ਭਾਈ ਇੰਨਾ ਟੈਕਸ ਦੇਣਾ ਪਏਗਾ, ਇੱਦਾਂ ਪੁਲਾਂ ਦੇ ਉੱਪਰ ਟੈਕਸ ਲੱਗਦਾ ਸੀ ਜਿਵੇਂ ਹੁਣ ਟੋਲ ਪਲਾਜ਼ੇ ਜੇ ਬਣੇ ਹੋਏ ਹੈ, ਇੱਦਾਂ ਦੀ ਮਰਿਆਦਾ ਸੀ ਉਸ ਟਾਈਮ ਵੀ। ਅਤੇ ਅਲੰਘ ਹੈ ਤਿਸ ਕੋ ਇਹ ਸੁੱਖ ਹੇਰਾ, ਗੁਰਸਿੱਖਾਂ ਨੇ ਇਹ ਸੁੱਖ ਵੇਖਿਆ ਕਿ ਉਸ ਰਸਤੇ ਨੂੰ ਅਲੰਘ ਜਾਵਾਂਗੇ, ਟੈਕਸ ਤੋਂ ਬਚ ਜਾਵਾਂਗੇ ਸਤਿਗੁਰਾਂ ਦੀ ਸ਼ਰਨ ਵਿੱਚ। ਜਿਸ ਕਰਕੇ ਵੱਡੇ ਭਾਗਾਂ ਵਾਲੇ ਸਤਿਗੁਰਾਂ ਦੀ ਸੰਗਤ ਵਿੱਚ ਜਾ ਮਿਲੇ ਹੈ, ਜਾਤ ਰਸ ਪ੍ਰੇਮ ਸੋ ਪਾਗੇ, ਸਤਿਗੁਰਾਂ ਦੇ ਪ੍ਰੇਮ ਰਸ ਵਿੱਚ ਪਾਗੇ ਉਤ ਪਏ ਹੋਏ ਚਲੇ ਜਾ ਰਹੇ ਹੈ। ਉਲੰਘ ਬਿਪਾਸਾ ਸਲਿਤਾ ਸਾਰੇ, ਸੱਚੇ ਪਾਤਸ਼ਾਹ ਜੀ ਵਿਆਸਾ ਉਲੰਘ ਕੇ ਤੇ ਇਸ ਵਾਸਤੇ ਤੇ ਹਾਂਜੀ ਇਸ ਦੁਆਬੇ ਬੀਜ ਪਧਾਰੇ, ਤੇ ਸਭ ਪਾਸਾ ਸਲਤਾ ਬਪਾਲਸਾ ਬਿਪਾਸਾ ਨਦੀ ਲੰਘੇ ਨੇ, ਤੇ ਪਾਤਸ਼ਾਹ ਵਿਆਸਾ ਉਲੰਘ ਕੇ ਭਾਈ ਦੁਆਬੇ ਵਿੱਚ ਆਪ ਰਾਜੇ ਹੈ। ਸਨੇ ਸਨੇ ਹੌਲੀ ਹੌਲੀ ਪਾਤਸ਼ਾਹ ਜੀ ਨੇ ਦੁਆਬਾ ਵੀ ਤਿਆਗ ਦਿੱਤਾ, ਅੱਗੇ ਨੂੰ ਚੱਲ ਪਏ। ਅੱਗੇ ਸਤਲੁਜ ਆ ਗਿਆ, ਪਾਤਸ਼ਾਹ ਜੀ ਨੇ ਸਤਲੁਜ ਜੀ ਨੂੰ ਵੀ ਪਾਰ ਕੀਤਾ। ਗੰਭੀਰ ਨੀਰ ਜਿਸ ਮਾਹੀ, ਜਿਸ ਸਤਲੁਜ ਵਿੱਚ ਬਹੁਤ ਡੂੰਘਾ ਪਾਣੀ ਸੀ ਚੱਲ ਰਿਹਾ, ਸੰਗਤ ਮੱਜਣ ਕਰਤਾ, ਸਾਰੀਆਂ ਸੰਗਤਾਂ ਨੇ ਇਸ਼ਨਾਨ ਪਾਣੀ ਕੀਤਾ ਹੈ। ਤੇ ਚੜ ਕੇ ਫਿਰ ਭਾਈ ਬੇੜੀਆਂ ਤੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਆਪਣੇ ਸਮੁੱਚੇ ਸੰਗ ਦੇ ਨਾਲ ਸਤਲੁਜ ਵੀ ਪਾਰ ਹੋ ਗਏ। ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਬਹੁਰੋਂ ਫਿਰ ਅੱਗੇ ਨੂੰ ਚੱਲ ਪਏ ਹੈ। ਕਦੇ ਗੁਰੂ ਅਮਰਦਾਸ ਪਾਤਸ਼ਾਹ ਘੋੜੀ ਤੇ ਸਵਾਰ ਹੋ ਜਾਂਦੇ ਹੈ, ਕਦੇ ਸੱਚੇ ਪਾਤਸ਼ਾਹ ਜੀ ਖਾਸੇ ਵਿੱਚ ਸਵਾਰ ਹੋ ਜਾਂਦੇ ਹੈ। ਸਮਸ ਸਵੇਤ ਬਹੁ ਬਿਰਧ ਸਰੀਰ, ਚਿੱਟਾ ਦਾੜ ਹੈ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਸਰੀਰ ਬਜ਼ੁਰਗ ਹੈ ਮਹਾਰਾਜ ਪਾਤਸ਼ਾਹ ਜੀ ਦਾ, ਤੇ ਬਹੁਤੇ ਚਿੱਟੇ ਰੰਗ ਦੇ ਵਸਤਰ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੈ। ਤੇ ਸੁਜਾਸ ਸਵੇਤ ਤੇ ਚਿੱਟੇ ਰੰਗ ਦਾ ਉੱਜਲ ਪਵਿੱਤਰ ਜਸ ਬਿਸਤਰਾ ਕਹੀਏ ਫੈਲਾ ਰਹੇ ਹੈ ਬਹੁਤ ਜ਼ਿਆਦੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ। ਤਥਾ ਸਵੇਤ ਮਨ ਹੈ ਸਭ ਕਾਲਾ, ਤਥਾ ਤਿਸੇ ਤਰ੍ਹਾਂ ਹੀ ਸਵੇਤ ਮਨ ਹੈ ਸਭ ਕਾਲਾ, ਚਿੱਟਾ ਮਨ ਹੈ ਸਾਰੇ ਸਮੇਂ, ਮਹਾਰਾਜ ਦੇ ਮਨ 'ਚ ਮੈਲ ਨਹੀਂ ਹੈ। ਹੁਣ ਆਹ ਇਹੋ ਜਿਹੇ ਸ਼ਬਦ ਭਾਈ ਇੱਕੋ ਜਿਹੇ ਵਰਤਣੇ, ਇਹ ਜਣੇ ਖਣੇ ਦੇ ਬਸ ਦਾ ਰੋਗ ਨਹੀਂ ਹੈ, ਇੱਕ ਮਰਿਆਦਾ ਦੇ ਵਿੱਚ ਸਾਰਾ ਕੁਛ ਕਰ ਦੇਣਾ। ਇਸ ਵਾਸਤੇ ਚਿੱਟਾ ਦੜ ਹੈ ਮਹਾਰਾਜ ਪਾਤਸ਼ਾਹ ਜੀ ਦੇ, ਚਿੱਟੇ ਵਸਤਰ ਪਹਿਨੇ ਹੋਏ ਹੈ, ਚਿੱਟਾ ਪਵਿੱਤਰ ਜਸ ਫੈਲਾ ਰਹੇ ਹੈ, ਮਨ ਵੀ ਜਿਸ ਪਾਤਸ਼ਾਹ ਜੀ ਦਾ ਪਵਿੱਤਰ ਚਿੱਟਾ ਹੈ। ਹੱਥ ਵਿੱਚ ਸਤਿਗੁਰਾਂ ਦੇ ਇੱਕ ਲਸ਼ਟਕਾ ਸੋਟੀ ਫੜੀ ਹੋਈ ਹੈ, ਕਦ ਪਾਤਸ਼ਾਹ ਜੀ ਦਾ ਕਵੀ ਜੀ ਦੇ ਦੱਸਣ ਮੁਤਾਬਕ ਇਹ ਹੈ ਵੀ ਛੋਟਾ ਹੀ ਹੈ, ਬਹੁਤਾ ਵੱਡਾ ਨਹੀਂ। ਮਾਨੋ ਵੀ ਜਿਵੇਂ ਬਾਵਨ ਅਵਤਾਰ ਹੋਇਆ ਨਾ, ਪੰਜਵਾਂ ਅਵਤਾਰ ਵਿਸ਼ਨੂੰ ਦਾ, ਏਦਾਂ ਮਹਾਰਾਜ ਪਾਤਸ਼ਾਹ ਜੀ ਦਾ ਓਡਾ ਕੱਦ ਹੈ ਵੀ ਕਹਿਣ ਤੋਂ ਭਾਵ ਇੱਥੇ ਇੱਕ ਦ੍ਰਿਸ਼ਟਾਂਤ ਦਾ ਇੱਕ ਅੰਗ ਲੱਗਦਾ ਹੁੰਦਾ। ਇਹ ਨਹੀਂ ਵੀ ਵਿਸ਼ਨੂੰ ਦਾ ਅਵਤਾਰ ਹੈ ਸੱਚੇ ਪਾਤਸ਼ਾਹ, ਵਿਸ਼ਨੂੰ ਦਾ ਅਵਤਾਰ ਨਹੀਂ ਕਿਹਾ ਕਵੀ ਜੀ ਨੇ, ਕਹਿੰਦੇ ਵੀ ਭਾਈ ਜੋਟਾ ਉਸ ਤਰ੍ਹਾਂ ਜਿਵੇਂ ਬਾਵਨ ਅਵਤਾਰ ਹੋਇਆ ਵਿਸ਼ਨੂੰ ਦਾ, ਏਦਾਂ ਸਤਿਗੁਰੂ ਦਸੇ ਅਵਤਾਰਾਂ ਦੇ ਵਿੱਚੋਂ ਭਾਈ ਐਸਾ ਕੱਦ ਹੈ ਮਹਾਰਾਜ ਦਾ। ਤੇ ਧਰਤ ਸਖਤ ਮਹਿਤ ਮਹੀਆਨ, ਧਰਦੇ ਆ ਸ਼ਕਤੀ ਭਾਈ ਆਪਣੇ ਵਿੱਚ ਕਲਾ, ਮਹਿਤ ਮਹੀਆਨ ਕਹੀਏ ਵੱਡਿਆਂ ਤੋਂ ਵੱਡੀ। ਗਮਨੈ ਮੰਦ ਮੰਦ ਸਭ ਥਾਂ, ਗਮਨੈ ਜਾ ਰਹੇ ਆ ਮੰਦ ਮੰਦ ਹੌਲੀ ਹੌਲੀ ਸਾਰੇ ਥਾਵਾਂ ਨੂੰ ਪਵਿੱਤਰ ਕਰਦੇ। ਚਲਦਿਆਂ ਚਲਦਿਆਂ ਪਹੋਏ ਦੀ ਧਰਤੀ ਤੇ ਆ ਪਹੁੰਚੇ ਸੱਚੇ ਪਾਤਸ਼ਾਹ ਜੀ, ਜਿੱਥੇ ਪਵਿੱਤਰ ਸ੍ਰਿਸ਼ਟੀ ਦਾ ਪ੍ਰਵਾਹ ਚੱਲਦਾ ਹੈ, ਨਾਨਾ ਪ੍ਰਕਾਰ ਦੇ ਘਾਟ ਹੈ ਉੱਥੇ ਜਿੱਥੇ ਰਿਖੀ ਭਾਈ ਤਪ ਤਪਦੇ ਸਨ, ਜਿਨ੍ਹਾਂ ਰਿਖੀਆਂ ਨੇ ਹਜ਼ਾਰਾਂ ਤੇ ਸਾਲ ਬੜੇ ਜਾਪ ਜਪੇ ਹੈ, ਇੱਥੇ ਬ੍ਰਹਮ ਲੋਕ ਨੂੰ ਪ੍ਰਾਪਤ ਹੋਇਆ ਤਪ ਸਾਧ ਕੇ ਸਤਿਯੁਗ ਤ੍ਰੇਤੇ ਆਦਿਕਾਂ ਵਿੱਚ, ਮਰਨ ਕੇ ਸੰਕਟ ਖੋਏ, ਜਿਨ੍ਹਾਂ ਨੇ ਜਨਮਾਂ ਮਰਨਾਂ ਦੇ ਸੰਕਟ ਦੂਰ ਨਿਰਵਿਰਤ ਕਰ ਲਏ ਆਪਣੇ। ਸਤਿਗੁਰੂ ਕੀਨਸ ਡੇਰਾ, ਸੱਚੇ ਪਾਤਸ਼ਾਹ ਜੀ ਤਾਂ ਸਤਿਗੁਰ ਕੀਨਸ ਡੇਰਾ, ਇੱਥੇ ਜਾ ਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਡੇਰੇ ਲਾ ਲਏ। ਸਤਿਗੁਰਾਂ ਦੇ ਨਾਲ ਭਾਈ ਬਹੁਤੀਆਂ ਸੰਗਤਾਂ ਦਾ ਮੇਲਾ ਹੈ, ਘਾਟਨ ਪਿਕ ਸ੍ਰਿਸ਼ਟੀ ਕੇ, ਸ੍ਰਿਸ਼ਟੀ ਦੇ ਬਹੁਤੇ ਘਾਟ ਹੈ, ਘਾਟ ਵੀ ਥਾਂ ਪੁਰ ਥਾਂ ਪੌੜ ਜੇ ਬਣੇ ਹੋਏ ਹੈ, ਤੇ ਇਸ ਵਾਸਤੇ ਬਹੁਤੇ ਘਾਟ ਵੇਖ ਕੇ ਸਿੱਖ ਘਰ ਜੋਰ ਪ੍ਰਸ਼ਨ ਕੀਏ ਨੀਕ, ਤਾਂ ਗੁਰੂ ਕੇ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਚੰਗੇ ਢੰਗ ਨਾਲ,
ਹਾਂਜੀ ਸਲਤਾ ਸਰਸਤੀ ਇੱਕ ਪਾਵਨ ਹੇ ਸਤਿਗੁਰੂ ਅਮਰਦਾਸ ਮਹਾਰਾਜ ਇਹ ਸਰਸਤੀ ਨਦੀ ਬੜੀ ਪਵਿੱਤਰ ਹੈ ਇੱਕ ਹੀ ਹੈ ਮਹਾਤਮ ਇਸ ਮਹਾਤਮ ਪਰ ਮਹਾਰਾਜ ਅਸੀਂ ਇੱਧਰ ਨੂੰ ਜਾ ਕੇ ਵੇਖ ਕੇ ਆਏ ਹਾਂ ਥਾਂ ਥਾਂ ਤੇ ਪੰਡਿਤ ਬੈਠੇ ਮਹਾਤਮ ਕਹਿ ਰਿਹਾ ਇੱਥੇ ਇਸ਼ਨਾਨ ਦਾ ਬੜਾ ਮਹਾਤਮ ਹੈ ਜੀ ਇੱਥੇ ਇਸ਼ਨਾਨ ਕਰੋ ਇੱਥੇ ਇਸ਼ਨਾਨ ਦਾ ਬੜਾ ਮਹਾਤਮ ਹੈ ਇੱਥੇ ਇਸ਼ਨਾਨ ਕਰੋ ਏਦਾਂ ਮਹਾਰਾਜ ਸੁਣਿਆ ਕਾਰਨ ਇਹ ਗੁਰੂ ਬਖਾਨ ਹੇ ਮਹਾਰਾਜ ਇਹ ਕੀ ਕਾਰਨ ਹੈ ਆਪ ਜੀ ਦੱਸੋ ਕਿਉਂਕਿ ਵਰਤਮਾਨ ਤੇ ਬੀਤੇ ਸਮੇਂ ਤੇ ਭਵਿੱਖ ਸਮੇਂ ਦੀ ਆਪ ਜੀ ਮਰਯਾਦਾ ਜਾਣਦੇ ਹੋ ਜੀ ਸਭ ਸੰਗਤ ਕੈ ਇਹੋ ਸੰਦੇਹ ਮਹਾਰਾਜ ਸਾਰੀਆਂ ਸੰਗਤਾਂ ਦਾ ਸੰਕਾ ਹੈ ਇਹ ਪਾਤਸ਼ਾਹ ਜੀ ਕਿਰਪਾ ਕਰਕੇ ਆਪ ਜੀ ਉਹ ਸੁੱਖ ਦੇਣ ਵਾਲਾ ਗਿਆਨ ਬਖਸ਼ੋ ਸਿੱਖਣ ਤੇ ਸੁਣ ਕੇ ਸਿੱਖਾਂ ਤੋਂ ਸੁਣ ਕੇ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਸਥਾਨ ਪਾਵਨ ਪਾਤਸ਼ਾਹ ਕਹਿੰਦੇ ਭਾਈ ਇਹ ਜਿਹੜਾ ਥਾਂ ਹੈ ਨਾ ਸ੍ਰਿਸ਼ਟੀ ਦਾ ਕਿਨਾਰਾ ਪਹੋਏ ਦੀ ਧਰਤੀ ਬੜੀ ਪਵਿੱਤਰ ਹੈ ਪ੍ਰਥਮ ਜੁਗਨ ਸਮਰਥ ਸਭ ਸੀ ਜੀ ਪ੍ਰਥਮ ਜੁਗਨ ਸਮਰਥ ਸਭ ਜੀ ਪਹਿਲੇ ਯੁੱਗਾਂ ਦੇ ਜਿਹੜੇ ਜੀਵ ਸੀ ਉਹ ਸਮਰੱਥ ਸੀ ਭਾਈ ਤਨ ਪਰ ਸੰਕਟ ਸਾਹਿਬ ਕੀ ਉਹ ਆਪਣੇ ਸਰੀਰ ਤੇ ਜਪ ਤਪ ਦਾ ਸੰਕਟ ਸਹਾਰਦੇ ਸਨ ਵਿਸ਼ਵਾਮਿੱਤਰ ਆਦਿ ਰਿਖ ਘਨੇ ਵਿਸ਼ਵਾਮਿੱਤਰ ਤੋਂ ਆਦਿਕ ਬੜੇ ਰਿਖੀ ਹੋਏ ਹੈ ਬਹੁਤ ਤਪੱਸਿਆ ਕਰਨ ਵਾਲੇ ਤਪ ਕਿਛ ਜਾਹੇ ਨਾ ਕਨੇ ਜਿਨ੍ਹਾਂ ਨੇ ਬੜਾ ਲੰਮਾ ਤਪ ਕੀਤਾ ਕੋਈ ਗਿਣਤੀ ਨਹੀਂ ਹੈ ਉਹਨਾਂ ਦੀ ਤਪੱਸਿਆ ਦੀ ਇੱਕ ਸਮੇਂ ਦੱਖਣ ਕੇ ਮਨ ਇੱਕ ਸਮੇਂ ਭਾਈ ਦੱਖਣ ਦੇ ਜਿਹੜੇ ਸਮੂਹ ਮੁਨੀ ਜਨ ਸਨ ਆਏ ਤਪ ਸਾਧਨ ਬਾਸ਼ਤ ਮਨ ਆਏ ਤਪ ਸਾਧਨ ਉਹ ਤਪ ਕਰਨ ਵਾਸਤੇ ਆਏ ਆ ਮਨ ਵਿੱਚ ਬਾਂਛਤ ਇੱਛਾ ਲੈ ਕੇ 48 ਕੋਸ ਵਿੱਚ ਫਿਰੇ ਉਹ ਇਸ ਪਹੋਵੇ ਦੀ ਧਰਤੀ ਦੇ 48 ਕੋਹ ਦੇ ਵਿੱਚ ਇਰਦ ਗਿਰਦ ਫਿਰੇ ਉਹ ਬੈਠ ਬਥਾਨ ਕਹੂ ਨਾ ਨਿਹਰੇ ਉਹਨਾਂ ਨੂੰ ਬੈਠਣ ਦਾ ਥਾਂ ਕਿਤੇ ਵੀ ਨਾ ਨਿਹਰੇ ਵੇਖਿਆ ਕਿਉਂਕਿ ਇਹ ਜਿਹੜੇ ਭਾਈ ਤਪਸਵੀ ਲੋਕ ਹੈ ਬੰਦਗੀ ਵਾਲੇ ਰੋ ਲੋਕ ਹੈ ਉਹਨਾਂ ਨੂੰ ਉਹ ਥਾਂ ਦਾ ਪਤਾ ਹੁੰਦਾ ਵੀ ਜਿੱਥੇ ਜਾ ਕੇ ਭਜਨ ਬੰਦਗੀ ਵਿੱਚ ਥਾਂ ਚਿੱਤ ਜੁੜ ਜਾਵੇ ਮਨ ਇਕਾਗਰ ਹੋ ਜਾਵੇ ਉਹ ਜਾਣਦੇ ਵੀ ਇਹ ਥਾਂ ਕੋਈ ਖਾਸ ਹੈ ਪਵਿੱਤਰ ਥਾਂ ਹੈ ਇੱਥੇ ਆ ਕੇ ਕੁਝ ਮਨ ਦੀ ਇਕਾਗਰਤਾ ਬਣੀ ਹੈ ਭਟਕਣਾ ਮੁੱਕੀ ਹੈ ਅਤੇ ਉਹਨਾਂ ਜਿਹੜੇ ਕੋਈ ਬੰਦਗੀ ਵਾਲੀ ਰੂਹ ਹੈ ਉਹਨੂੰ ਗਿਆਨ ਹੁੰਦਾ ਇਹ ਅਨੇਕਾਂ ਵਾਰੀ ਸੰਤ ਮਸਕੀਨ ਜੀ ਦੇ ਬਚਨ ਸੁਣੇ ਜਿੱਥੇ ਜਾ ਕੇ ਉਹ ਇਹ ਕਹਿਣ ਤੋਂ ਭਾਵ ਵੀ ਉਹ ਬੰਦਗੀ ਵਾਲੀਆਂ ਰੂਹਾਂ ਨੂੰ ਹੁਣ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅੰਮ੍ਰਿਤ ਗੁਰਬਾਣੀ ਉਚਾਰਨ ਕੀਤੀ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਪੱਸਿਆ ਕੀਤੀ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਤਪੋ ਸਥਾਨ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਜਿੱਥੇ ਨੌ ਨੰਦਾ ਨੇ ਤਪ ਕੀਤਾ ਸੀ ਉੱਥੇ ਮਹਾਰਾਜ ਨੇ ਤਪ ਕੀਤਾ ਹੇਮਕੁੰਟ ਸਾਹਿਬ ਫਿਰ ਮਹਾਰਾਜ ਨੇ ਅਨੇਕਾਂ ਵੱਡਾ ਤਪ ਕੀਤਾ ਇਸ ਤਰ੍ਹਾਂ ਦਮਦਮ ਹੈ ਗੁਰੂ ਕਾਂਸੀ ਦੀ ਧਰਤੀ 'ਤੇ ਜਿੱਥੇ ਇਸ ਵਾਸਤੇ 1,00,000 ਵਰ੍ਹੇ ਜਿਸ ਦੀ ਉਮਰ ਸੀ ਵਕਤ ਵਿੱਚ ਗਿਜਾਰਨ ਪਿੰਨੀ ਸਾਗੇ ਉਹ ਜੋ ਮਹਾਂਪੁਰਖ ਹੋਇਆ ਭਾਈ ਅਤੇ ਮਾਰਕੰਡੇ ਰਿਖੀ ਅਤੇ ਉਹਨੇ ਵੀ ਤਪੱਸਿਆ ਕੀਤੀ ਇੱਕ ਵਾਰੀ ਮਾਰਕੰਡੇ ਤੋਂ ਪੁੱਛਿਆ ਵੀ ਕਦੋਂ ਕਿਤੋਂ ਉਹ ਕਹਿਣ ਲੱਗੇ ਬੜਾ ਵੇਖਿਆ ਭਾਈ ਇੱਥੇ ਜਦੋਂ ਸਮਾਧੀ 'ਚੋਂ ਉਥਾਨ ਹੋਏ ਤਾਂ ਇੱਥੇ ਵੇਖੀਦਾ ਸੀ ਬਹੁਤ ਵੱਡਾ ਸ਼ਹਿਰ ਵੱਸਦਾ ਸੀ ਬੜੀ ਸਾਨੂੰ ਸਾਬਕਤ ਹੁੰਦੀ ਦੂਜੀ ਵਾਰ ਜਦੋਂ ਅੱਖ ਖੋਲ੍ਹਣੀ ਤਾਂ ਉਦੋਂ ਵੇਖਣਾ ਇੱਥੇ ਉਜਾੜ ਬੀਆਬਣ ਜੰਗਲ ਟਿੱਬੇ ਹੁੰਦੇ ਇੱਥੇ ਇਹ ਕੁਛ ਮੈਂ ਬੜੇ ਟਾਈਮ ਤੋਂ ਕਈ ਵਾਰ ਇੱਥੇ ਬੜੀ ਦੁਨੀਆਂ ਵੱਸਦੀ ਵੇਖੀ ਹੈ ਕਈ ਵਾਰ ਇੱਥੇ ਦੁਨੀਆਂ ਉੱਜੜੀ ਦੇਖੀ ਹੈ ਇੱਦਾਂ ਲੱਖਾਂ ਵਰ੍ਹਿਆਂ ਦੀ ਉਮਰ 'ਚ ਬੜਾ ਕੁਛ ਦੇਖਿਆ ਭਾਈ ਉਹਨਾਂ ਨੇ ਜਿਨ੍ਹਾਂ ਦੀ ਅੰਮ੍ਰਿਤ ਗੁਰਬਾਣੀ ਨੇ ਵੀ ਉਗਾਹੀ ਭਰੀ ਮਾਰਕੰਡੇ 'ਤੇ ਕੋ ਅਦਕਾਈ ਜਿਨ ਤਿਰਨ ਧਰ ਮੂੰਡ ਬੁਲਾਏ ਇਸ ਵਾਸਤੇ ਉਹਨਾਂ ਰਿਸ਼ੀਆਂ ਨੇ ਪੁਰਾਣ ਲਿਖੇ ਹੈ ਅਤੇ ਇਸ ਤਰ੍ਹਾਂ ਗਰੀਬ ਨਵਾਜ਼ ਪਾਤਸ਼ਾਹ ਜੀ ਕਹਿ ਰਹੇ ਨੇ ਭਾਈ ਉਹਨਾਂ ਨੇ ਜਦੋਂ ਜਾ ਕੇ ਫਿਰ ਕੇ ਵੇਖਿਆ ਜਿੱਥੇ ਕਿਤੇ ਬੈਠੇ ਕੋਈ ਮਨ ਦੀ ਇਕਾਗਰਤਾ ਭਟਕਣਾ ਉਹਨਾਂ ਦੀ ਨਾ ਮਿਟੀ ਉਹ ਉੱਥੋਂ ਉੱਠ ਕੇ ਫਿਰ ਦੇਖਦੇ ਵੀ ਕਿਹੜਾ ਥਾਂ ਹੈ ਉਹ ਜਿੱਥੇ ਜਾ ਕੇ ਮਨ ਸ਼ਾਂਤ ਹੋ ਜਾਵੇ ਪਰ ਪਹਿਲਾਂ ਜਿਹੜੇ ਰਿਸ਼ੀ ਲੋਕ ਹੁੰਦੇ ਉਹ ਆਮ ਤੌਰ 'ਤੇ ਨਦੀਆਂ ਦਰਿਆਵਾਂ ਦੇ ਕਿਨਾਰੇ ਹੀ ਤਪੱਸਿਆ ਕਰਿਆ ਕਰਦੇ ਸਨ ਇਸ ਤਰ੍ਹਾਂ ਸਮੂਹ ਤਪਸੀਆਂ ਦੀ ਬੜੀ ਭੀੜ ਸੀ ਉਸ ਟਾਈਮ ਜਿੱਥੇ ਕਿੱਥੇ ਉਹਨਾਂ ਨੇ ਬੜੀਆਂ ਘਾਲਣਾ ਘਾਲੀਆਂ ਜਦੋਂ ਘਾਲਣਾ ਘਾਲਦਿਆਂ ਨੂੰ ਇੱਥੇ ਉਹਨਾਂ ਨੂੰ ਕਿਤੇ ਵੀ ਥਾਂ ਨਾ ਲੱਭਿਆ ਜਿੱਥੇ ਉਹਨਾਂ ਦਾ ਚਿੱਤ ਸਿਮਰਨ ਵਿੱਚ ਜੁੜ ਜਾਂਦਾ ਤਦੋਂ ਉਹਨਾਂ ਨੇ ਸ੍ਰਿਸ਼ਟੀ ਨੂੰ ਧਿਆਉਣਾ ਕੀਤਾ ਤਦੋਂ ਇਸ ਦੇਵੀ ਨੇ ਪ੍ਰਗਟ ਹੋ ਕੇ ਉਹਨਾਂ ਨੂੰ ਆਖਿਆ ਕਿਆ ਬਾਛਤ ਤੁਮ ਕੀ ਚਾਹੁੰਦੇ ਹੋ ਤੁਸੀਂ ਭਾਈ ਆਖੋ ਆਪਣੀ ਭਾਵਨਾ
ਹਾਂਜੀ ਤਿੰਨ ਜਾਚਨਾ ਕੀਨ ਸੁਜਾਨ, ਉਹਨਾਂ ਨੇ ਮੰਗਣਾ ਕੀਤਾ ਦੇਵੀ ਤੋਂ, ਦੇਵੀ ਤੇ ਉਹ ਬੈਠਣ ਥਾਂ, ਹੇ ਦੇਵੀ ਜੀ ਸਾਨੂੰ ਬੈਠਣ ਵਾਸਤੇ ਕੋਈ ਥਾਂ ਦਿਓ, ਸਾਡੀ ਭੜਕਣਾ ਸਾਡੇ ਚਿੱਤ ਦੀ ਸ਼ਾਂਤੀ ਨਹੀਂ ਬਣ ਰਹੀ। ਨਦੀ ਨੇ ਸਤਿਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਭਾਈ ਸਾਰੇ ਮੁਨੀਆਂ ਵਾਸਤੇ, ਹਟੀ ਕੋਸ ਦੋਏ ਬੇਗ ਸਮੇਤ, ਆਪਣੇ ਪਰਿਵਾਰ ਸਮੇਤ ਦੋ ਕੋ ਪਿੱਛੇ ਹਟ ਗਈ ਇਥੋਂ, ਬੈਠਣ ਕੋ ਦੀਨ ਸਥਲ, ਉਹਨਾਂ ਰਿਸ਼ੀਆਂ ਨੂੰ ਬੈਠਣ ਵਾਸਤੇ ਥਾਂ ਦੇ ਦਿੱਤਾ। ਮੁਨੀ ਤਪ ਕੀਨ ਸੰਭਾਲ, ਇੱਥੇ ਉਹ ਮੁਨੀ ਲੋਕ ਬੈਠ ਕੇ ਭਾਈ ਜਿਨ੍ਹਾਂ ਨੇ ਬੜਾ ਤਪ ਕੀਤਾ ਹੈ, ਤਪ ਤਪਿਓ ਘਾਲ ਬਹੁ ਘਾਲ, ਜਿਨ੍ਹਾਂ ਨੇ ਬੜਾ ਜਪ ਤਪ ਕੀਤਾ ਬੜੀਆਂ ਘਾਲਣਾ ਘਾਲੀਆਂ, ਉਹ ਗਣਨਾ ਕਰ ਸਕਿਆ ਵਿਸਾਰ, ਕੌਣ ਗਿਣਤੀ ਕਰ ਸਕਦਾ ਜਿਹੜੀ ਘਾਲਣਾ ਉਹਨਾਂ ਰਿਸ਼ੀ ਮੁਨੀ ਜਨਾਂ ਨੇ ਕੀਤੀ ਹੈ ਭਾਈ ਇੱਥੇ ਬੈਠ ਕੇ, ਕਹਿ ਤਪ ਕਰ ਬੈ ਇਸ ਥਾਂ, ਉਹਨਾਂ ਰਿਸ਼ੀਆਂ ਮੁਨੀਆਂ ਦੇ ਤਪ ਕਰਨ ਦੇ ਥਾਂ ਹੈ ਭਾਈ, ਜਿਹੜੇ ਥਾਂ ਥਾਂ ਬਣੇ ਹੋਏ ਆ ਨਾ ਪੌੜ ਜੇ, ਜਿੱਥੇ ਕਿ ਪੰਡਿਤ ਹੁਣ ਬੈਠੇ ਮਰਯਾਦਾ ਵਿਗਾੜ ਦਿੱਤੀ ਆਪਣੀ ਦਾਨ ਪੂਜਾ ਵਾਸਤੇ, ਕਰ ਵੀ ਇੱਥੇ ਦਰਸ਼ਨ ਕਰੋ ਜੀ, ਇੱਥੇ ਦਰਸ਼ਨ ਦਾ ਬੜਾ ਮਹੱਤਵ ਹੈ। ਮਹਾਰਾਜ ਕਹਿੰਦੇ ਗੁਰਸਿੱਖੋ ਭਾਈ ਇਹ ਉਹਨਾਂ ਦੀ ਤਪੱਸਿਆ ਦੇ ਥਾਂ ਬਣੇ ਹੋਏ ਆ, ਅਧਿਕ ਪਾਵਨ ਮਨ ਜਾਣ, ਜਿਸ ਕਰਕੇ ਬਹੁਤੇ ਪਵਿੱਤਰ ਹੋ ਗਏ, ਮਨ ਵਿੱਚ ਜਾਣ ਲਓ ਇਸਨਾਨ ਸੋ ਹੋਏ ਪੁਨੀਤ, ਇਸ ਵਾਸਤੇ ਇਸਨਾਨ ਪਾਣੀ ਕਰੋ ਭਾਈ ਪਵਿੱਤਰ ਹੋਵੋ, ਪ੍ਰਸੰਗ ਸੁਣੇ ਇਸ ਤਰ੍ਹਾਂ ਪ੍ਰਸੰਗ ਸੁਣ ਕੇ ਸਰਬ ਤਰ੍ਹਾਂ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਇਹ ਅੰਮ੍ਰਿਤ ਪਾਵਨ ਬਚਨ ਸੁਣ ਕੇ ਪ੍ਰਸੰਨ ਹੋ ਗਈਆਂ, ਇਹ ਸ਼ੰਕਾ ਦੂਰ ਹੋ ਗਏ ਕਿ ਥਾਂ ਥਾਂ ਪੌੜ ਬਣੇ, ਨਦੀ ਇੱਕ ਹੀ ਹੈ, ਅਤੇ ਪਤਾ ਲੱਗ ਗਿਆ ਪਾਤਸ਼ਾਹ ਜੀ ਦੇ ਦੱਸਣ 'ਤੇ ਕਿ ਭਾਈ ਇਹ ਉਹ ਥਾਂ ਹੈ ਜਿੱਥੇ ਦੱਖਣੀ ਤੱਪੀ ਸਵਰਾਂ ਨੇ ਆ ਕੇ ਇੱਥੇ 48 ਕੋਹ 'ਤੇ ਭ੍ਰਮਣ ਕੀਤਾ, ਪਰ ਕਿਤੇ ਚਿੱਤ ਬਿਰਤੀ ਦਾ ਟਿਕਾ ਨਾ ਬਣਿਆ, ਔਰ ਉਹਨਾਂ ਨੇ ਫਿਰ ਬੇਨਤੀ ਕੀਤੀ ਮਾਈ ਹੁਣ ਤੂੰ ਹੀ ਥਾਂ ਬਖਸ਼, ਫਿਰ ਇਹ ਦੋ ਕੋਹ ਪਿੱਛੇ ਹੋ ਗਈ, ਫਿਰ ਉਹਨਾਂ ਨੇ ਜਿੱਥੇ ਜਿੱਥੇ ਬੈਠ ਕੇ ਤਪ ਕੀਤਾ ਉੱਥੇ ਉੱਥੇ ਉਹ ਭਾਈ ਇਸ ਵਾਸਤੇ ਘਾਟ ਬਣੇ ਹੋਏ ਹੈ। ਏਦਾਂ ਜਾਣ ਕੇ ਗੁਰੂ ਕੇ ਸਿੱਖਾਂ ਨੇ ਨਮਸਕਾਰਾਂ ਕੀਤੀਆਂ ਪਾਤਸ਼ਾਹ ਨੂੰ, ਸ੍ਰਿਸ਼ਟੀ ਦੇ ਇਸ਼ਨਾਨ ਕੀਤੇ ਉਸ ਟਾਈਮ, ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ਼ਨਾਨ ਕੀਤੇ, ਤੋਂ ਬ੍ਰਾਹਮਣ ਵੀ ਆ ਗਏ, ਸਾਰੇ ਆ ਕੇ ਬੇਨਤੀਆਂ ਕੀਤੀਆਂ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕੀਤੀ, ਸਾਨੂੰ ਦਰਸ਼ਨ ਬਖਸ਼ਿਆ ਹੈ, ਪਾਤਸ਼ਾਹ ਜੀ ਨੇ ਭਾਈ ਜਿਹੜਾ ਗੁਰੂ ਘਰ ਦਾ ਸੁਭਾਅ ਹੈ ਦਾਨ ਦੇਣਾ, ਇਸ ਵਾਸਤੇ ਉਹਨਾਂ ਨੂੰ ਸੰਤੁਸ਼ਟ ਕੀਤਾ, ਇੱਕ ਰਾਤਰੀ ਬਤੀਤ ਕਰਕੇ ਸਤਿਗੁਰੂ ਜੀ ਇੱਥੋਂ ਅੱਗੇ ਚੱਲ ਪਏ, ਪ੍ਰਾਤ ਕੀਰਤਨ ਧੁਨ ਗਾਏ, ਉੱਠੇ ਅੰਮ੍ਰਿਤ ਵੇਲੇ ਕੀਰਤਨ ਬੰਦਗੀ ਦੀ ਧੁਨ ਹੋਈ ਹੈ, ਇਸਨਾਨ ਸੁਖ ਮਾਨਕ ਨੇ, ਇਸਨਾਨ ਪਾਣੀ ਕਰਕੇ ਬੜਾ ਸੁਖ ਮੰਨਿਆ ਹੈ, ਕੂਚ ਪੁਣ ਅੱਗੇ ਪੁਣ ਫਿਰ ਅੱਗੇ ਨੂੰ ਡੇਰਾ ਕੂਚ ਕਰ ਦਿੱਤਾ। ਇੱਥੇ ਆਪਾਂ ਪ੍ਰਸੰਗ ਦਾ ਵਿਸਰਾਮ ਦੇਈਏ, ਅੱਗੇ ਜਿਸ ਤਰ੍ਹਾਂ ਤੀਰਥਾਂ ਦਾ ਪ੍ਰਸੰਗ ਸੱਚੇ ਪਾਤਸ਼ਾਹ ਜੀ ਕੁਰਸ਼ੇਤਰ ਜਾਣਗੇ, ਅਤੇ ਉੱਥੋਂ ਦੀ ਮਰਿਆਦਾ ਜਿਸ ਤਰ੍ਹਾਂ ਉਹ ਪਾਤਸ਼ਾਹ ਜੀ ਜਿਸ ਤਰ੍ਹਾਂ ਟੈਕਸ ਸਦਕ ਲੱਗਦਾ ਸੀ, ਹੋਰ ਮਰਿਆਦਾ ਵਿਗੜੀ ਹੋਈ ਸੀ, ਉਹ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਉੱਥੇ ਇਸ਼ਨਾਨ ਪਾਣੀ ਕਰਕੇ ਉਹ ਤੀਰਥਾਂ ਨੂੰ ਪਵਿੱਤਰ ਕਰ ਰਹੇ ਹੈ, ਇਹ ਗੁਰੂ ਪਾਤਸ਼ਾਹ ਜੀ ਦੀ ਵਡਿਆਈ ਹੀ ਹੈ, ਗੁਰੂ ਪਾਤਸ਼ਾਹ ਜੀ ਦੀ ਹੀ ਵਡਿਆਈ ਹੈ ਐਸੀ ਕਿ ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇ ਵੜ ਦਾਤਾ ਕੋ ਨਹੀਂ ਸਭ ਸੁਣੇ ਹੋ ਲੋਕ ਸਵਾਇਆ, ਸਤਿਗੁਰੂ ਜਿੱਡਾ ਵੱਡਾ ਦਾਤਾ ਕੋਈ ਨਹੀਂ ਹੈ, ਭਾਵੇਂ ਬੜਾ ਸਮੇਂ ਤੋਂ ਵਿਧੀ ਵਿਧਾਨ ਤੁਰਿਆ ਆਉਂਦਾ ਸੀ, ਪਰ ਸਤਿਗੁਰੂ ਜਿੱਡਾ ਵੱਡਾ ਦਾਤਾ ਕੋਈ ਨਹੀਂ ਹੈ, ਚਾਹੋ ਯੁੱਗਾਂ ਕਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ, ਚੌਹਾਂ ਯੁੱਗਾਂ ਦਾ ਹੀ ਨਿਬੇੜਾ ਹੈ, ਸਭ ਦਾ ਹੀ ਭਲਾ ਕਰਨ ਵਾਸਤੇ ਗੁਰੂ ਨਾਨਕ ਪਰਮੇਸ਼ਵਰ ਜੀ ਆਏ, ਉਹੀ ਜੋਤ ਗੁਰੂ ਅਮਰਦਾਸ ਪਾਤਸ਼ਾਹ ਜੀ ਤੀਰਥਾਂ ਦੇ ਉੱਪਰ ਉਹਨਾਂ ਲੋਕਾਂ ਦਾ ਭਲਾ ਕਰ ਰਹੀ ਹੈ ਜਿਹੜੇ ਇਸੇ ਹੀ ਹੰਕਾਰ ਗਮਾਨ ਵਿੱਚ ਡੁੱਬੇ ਹੋਏ ਸਨ ਕਿ ਅਸੀਂ ਤਾਂ ਤੀਰਥਾਂ 'ਤੇ ਰਹਿੰਦੇ ਹਾਂ, ਤੀਰਥਾਂ ਨੇ ਸਾਨੂੰ ਮੁਕਤ ਕਰ ਦੇਣਾ ਹੈ, ਉਹਨਾਂ ਨੂੰ ਮਹਾਰਾਜ ਪਾਤਸ਼ਾਹ ਜੀ ਨੇ ਭਾਉ ਭਗਤੀ ਦਾ ਗਿਆਨ ਦ੍ਰਿੜ ਕਰਾਇਆ, ਇੱਥੋਂ ਅੱਗੇ ਨੂੰ ਚਾਲੇ ਪਾਏ ਆ ਪਾਤਸ਼ਾਹ ਜੀ ਨੇ, ਇੱਥੇ ਆਪਾਂ ਵਿਸਰਾਮ ਦਿੰਦੇ ਹਾਂ, ਹੁਣ ਅੱਗੇ ਜਿਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਨਗੇ ਆਪਾਂ ਭਾਈ ਸਤਿਗੁਰਾਂ ਦੀ ਵਡਿਆਈ ਵਿਚਾਰਾਂਗੇ, ਰਹਿਮਤ ਕਰਨ ਸੱਚੇ ਪਾਤਸ਼ਾਹ। ਇਹ ਭਾਈ ਇੱਕ ਸਿੰਘ ਹੈ ਬਤਾਲੇ ਤੋਂ, ਗੁਰਮੁਖ ਪਿਆਰਾ ਭਾਈ ਗੁਰਵਿੰਦਰ ਸਿੰਘ ਜਿਹਦਾ ਉੱਦਮ ਹੈ ਆਹ ਜਿਹੜੀ ਆ ਵੀਡੀਓ ਜੀ ਬਣਾਉਣ ਦਾ, ਇਹ ਪ੍ਰੇਮੀ ਦਾ ਉੱਦਮ ਹੈ, ਨਾ ਤਾਂ ਦਾਸ ਨੂੰ ਇਸ ਬਾਰੇ ਕੋਈ ਗਿਆਨ ਹੈ, ਨਾ ਇਹਦੇ ਬਾਰੇ ਜਾਣਕਾਰੀ ਸੀ, ਨਾ ਹੈ,
ਪਰ ਇਹਨੇ ਉੱਦਮ ਕੀਤਾ, ਗੁਰੂ ਦਾ ਜਸ ਵਿਚਾਰੀ ਜਾਂਦੇ ਹੈ ਅਤੇ ਬੜੇ ਪ੍ਰੇਮੀ ਭਾਈ ਹੌਂਸਲਾ ਵੀ ਵਧਾਉਂਦੇ ਹੈ ਅਤੇ ਜਦੋਂ ਦੱਸਦੇ ਆ ਵੀ ਬਹੁਤ ਵਧੀਆ ਗੱਲ ਹੋ ਰਹੀ ਹੈ ਇਹ, ਮੇਰੀ ਤਾਂ ਸੋਚ ਇਹੀ ਸੀ ਵੀ ਪਤਾ ਨਹੀਂ ਕੀ ਇਹ ਬਹੁਤ ਮਾੜੀ ਗੱਲਬਾਤ ਹੋਵੇਗੀ, ਪਰ ਹੁਣ ਜਦੋਂ ਕੋਈ ਗੁਰਮੁਖ ਪਿਆਰਾ ਸਾਵਾਸੇ ਦਿੰਦਾ ਉਹਦਾ ਫਿਰ ਹੌਂਸਲਾ ਜਿਹਾ ਵੱਧਦਾ ਵੀ ਇਹ ਕੰਮ ਠੀਕ ਵੀ ਹੈ ਜੋ ਮਹਾਰਾਜ ਦਾ ਜਸ ਕਰ ਰਹੇ ਹਾਂ ਆਪਾਂ। ਸਤਿਗੁਰਾਂ ਨੇ ਰਹਿਮਤਾਂ ਕੀਤੀਆਂ ਅਤੇ ਜਿਸ ਕਰਕੇ ਹੁਣ ਦੋ ਚਾਰ ਦਿਨ ਇਹ ਸਥਾਨ ਜੋ ਹੈ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਰੱਤੋ ਕੀ ਝਾੜ ਸਾਹਿਬ, ਗੱਦੀ ਬਾਬਾ ਵੀਰ ਸਿੰਘ ਨਿਰੰਗਾਬਾਦ, ਔਰ ਜਿਨ੍ਹਾਂ ਦੀ ਬੜੀ ਬੰਦਗੀ ਸੀ, ਔਰ ਮਹਾਂਪੁਰਖ ਬਾਬਾ ਵੀਰ ਸਿੰਘ ਜੀ ਦੀ ਗੱਦੀ 'ਤੇ ਜਿਨ੍ਹਾਂ ਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਅਜਾਨ ਬਾਹੋ ਬੰਦੀ ਛੋੜ ਦਾਤੇ ਦੇ ਚਰਨਾਂ ਨੂੰ ਆਪਣਾ ਜੀਵਨ ਸਮਰਪਿਤ ਕੀਤਾ, ਸਾਰਾ ਸਾਰੀ ਜ਼ਿੰਦਗੀ ਉੱਥੇ ਆਪਣੀ ਬਤੀਤ ਕੀਤੀ, ਜਪ ਤਪ ਗੁਰੂ ਘਰ ਦੀ ਸੇਵਾ ਘਾਲਣਾ ਘਾਲਦਿਆਂ ਉਹਨਾਂ ਦਾ ਯਾਦਗਾਰ ਸਥਾਨ ਭਾਣੋ ਲੰਗਾ ਨਗਰ ਨਿਵਾਸੀ ਸੰਗਤਾਂ ਨੇ ਜੋ ਬਣਾਇਆ, ਜਿੱਥੇ ਦਮਦਮੀ ਟਕਸਾਲ ਦੇ ਵਿਦਿਆਰਥੀ ਅਤੇ ਸਤਿਗੁਰਾਂ ਨੇ ਰਹਿਮਤਾਂ ਕੀਤੀਆਂ ਭਾਈ ਇਹ ਜੋੜ ਮੇਲਾ ਬਖਸ਼ਿਸ਼ ਕੀਤਾ ਸਤਿਗੁਰਾਂ ਦੀ ਹਜ਼ੂਰੀ ਦਾ, ਅਤੇ ਜਿਸ ਕਰਕੇ ਹੁਣ ਇਸ ਸਥਾਨ 'ਤੇ ਕੁਝ ਦਿਨ ਅਤੇ ਜੋ ਉਦੋਂ ਸੱਚੇ ਪਾਤਸ਼ਾਹ ਜੀ ਨੇ ਰਹਿਮਤਾਂ ਕੀਤੀਆਂ ਦੋ ਚਾਰ ਦਿਨ ਵਾਸਤੇ ਜਿੰਨਾ ਕੁ ਮਰ ਨੂੰ ਭਾਊਗਾ ਉਹ ਭਾਈ ਆਪਾਂ ਕਥਾ ਜਿੱਥੇ ਵੀ ਹੋਵਾਂਗੇ ਉੱਥੇ ਗੁਰੂ ਦਾ ਜਸ ਵਿਚਾਰਾਂਗੇ, ਫੁਰਨਾ ਇਹ ਹੈ। ਬਾਕੀ ਜਿਵੇਂ ਮਰ ਨੂੰ ਭਾਊਗਾ ਵੀ ਜਿੱਥੇ ਹੋਵਾਂਗੇ ਉੱਥੇ ਆਹ ਜਿਹੜਾ ਤਰੀਕਾ ਬਣਿਆ ਹੋਇਆ ਅਤੇ ਇਹਦੇ ਨਾਲ ਆਪਾਂ ਗੁਰੂ ਦਾ ਜਸ ਜ਼ਰੂਰ ਵਿਚਾਰਾਂਗੇ ਜਿੱਥੇ ਹੋਵਾਂਗੇ, ਅਤੇ ਜੇ ਬਾਕੀ ਜਿਵੇਂ ਮਰ ਨੂੰ ਭਾਊਗਾ ਭੁੱਲਾਂ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਖਿਮਾ ਕਰਨਾ ਜੀ। ਉੱਠੇ ਪ੍ਰਾਤ ਕੀਰਤਨ ਧੁਨ ਗਾਈ, ਕਰ ਇਸਨਾਨ ਸੁਖ ਮਾਨ ਕਨੇਰਾ, ਕਰਿਓ ਕੂਚ ਪੁਨ ਆਗੇ ਡੇਰਾ, ਆਏ ਪ੍ਰਭ ਸਰਨਾ ਗਤੀ ਕਿਰਪਾ ਨਿਧ ਦਇਆਲ, ਇੱਕ ਅੱਖਰ ਹਰ ਮਨ ਵਸਤਾ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।